ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਸੁਖੇ ਭਾਈ ਨਾਲ ਯਾਰੀ ਨਿਭਾਈ ਆ ਤੇ ਆਪਾਂ ਗਵਾਈਆਂ ਦਿੱਤੀਆਂ, ਠੋਕ ਕੇ ਦਿੱਤੀਆਂ। ਮੈਨੂੰ 80 ਲੱਖ ਰੁਪਈਆ ਦਿੰਦੇ ਸੀ ਭਾਈ, 80 ਲੱਖ। 80 ਲੱਖ ਰੁਪਈਆ ਦੀ ਕਿਹਨੇ ਔਫਰ ਕੀਤੀ ਸੀ ਭਾਈ? 80 ਲੱਖ ਵਿੱਕੀ ਨੇ ਕੀਤੀ ਸੀ ਤੇ ਗੁੰਡ ਨੇ ਕੀਤੀ, ਦੋਨਾਂ ਨੇ ਕੀਤੀ। 80 ਲੱਖ ਰੁਪਈਆ ਹੋਣਾ ਕਿੱਥੋਂ ਸੀ ਵਿੱਕੀ ਗੁੰਡ ਰੋਣਾ? ਕਈ ਲੋਕਾਂ ਦਾ ਇਲਜ਼ਾਮ ਵੀ ਹੈ ਕਿ ਸੁਖੇ ਨੂੰ ਗੈਂਗਸਟਰ ਬਣਾਉਣ ਵਾਲੇ ਪੋਲੀਟੀਕਲ ਲੋਕ ਕਾਂਗਰਸ ਦੇ ਹੈਗੇ ਲੀਡਰ ਜਲੰਧਰ। ਮੈਨੂੰ ਪਤਾ ਸੁੱਖੇ ਨੇ ਬਹੁਤ ਰੈਲੀਆਂ ਉਹ ਬੰਦੇ ਦੀਆਂ ਭਗਤਾਈਆਂ, ਬੜੀਆਂ ਵੋਟਾਂ ਪਵਾਈਆਂ, ਬਹੁਤ ਸਪੋਰਟ ਕੀਤੀ। ਮੇਰੇ ਹਿਸਾਬ ਨਾਲ ਸ਼ਾਇਦ ਸੁੱਖੇ ਭਾਈ ਦੇ ਵਿਆਹ 'ਚ ਵੀ ਆਇਆ ਸੀ ਬੰਦਾ, ਉਹ ਕਾਂਗਰਸੀ ਲੀਡਰ ਜਿਹੜਾ ਸੀ। ਹਾਂਜੀ ਹਾਂਜੀ। ਅਤੇ ਬਾਅਦ 'ਚੋਂ ਮੈਨੂੰ, ਮੈਂ ਰਿਕੋਰਡਿੰਗ ਸੁਣੀ ਸੀਗੀ, ਕਹਿੰਦਾ ਮੈਂ ਸੁੱਖੇ ਨਹੀਂ ਜਾਣਦਾ ਤੱਕ ਨਹੀਂ ਹੈ। ਸੁੱਖੇ ਨੂੰ ਅਸੀਂ ਭਜਾਉਣਾ ਸੀਗਾ ਭਾਜੀ। ਅੱਛਾ, ਜਿਹਨੀ ਕਿ ਜਦੋਂ ਪਤਾ ਲੱਗਿਆ ਕਿ ਸੁੱਖੇ ਨੂੰ ਮਾਰਨ ਨੂੰ ਫਿਰਦੇ, ਤੁਸੀਂ ਭਜਾਉਣ ਦੀ ਭਜਾਉਣ ਦੀ ਜਿਹੜੀ ਹੈਗੀ ਆ ਪਲੈਨਿੰਗ ਬਣਾਉਣੀ? ਹਾਂਜੀ, ਸੁੱਖੇ ਭਾਈ ਨੇ ਕਿਹਾ ਸੀਗਾ, ਕਹਿੰਦਾ ਗੁੱਪੀ ਹੁਣ ਮੈਂ ਭੱਜਣਾ ਵਾ, ਕਹਿੰਦਾ ਐਵੇਂ ਘਾਟਾ ਖਾਵਾਂਗੇ ਆਪਾਂ ਵੀ, ਠੀਕ ਆ ਨਾ। ਤਿਆਰ ਤੁਸੀਂ ਵੀ ਆ ਗਏ ਸੀਗੇ ਅਤੇ ਚੱਲ ਤਿਆਰ ਆ ਗਏ ਸੀਗੇ ਸੁੱਖਾ ਭਾਈ, ਕਹਿੰਦਾ ਗੁੱਪੀ ਆਪਾਂ 26 ਜਨਵਰੀ ਤੋਂ ਬਾਅਦ ਭੇਜਾਂਗੇ ਨਾਕੇ ਨੁਕੇ ਕਰਕੇ। ਉਹਦੀ ਤਾਂ ਆਪਣੀ ਕੋਈ ਲੜਾਈ ਨਹੀਂ ਸੀ ਸੁੱਖੇ ਭਾਈ ਦੀ, ਉਹਨੇ ਜੋ ਵੀ ਕੀਤਾ ਯਾਰੀ ਖਾਤਰ ਹੀ ਕੀਤਾ। ਟੋਟਲ ਕਿੰਨੇ ਕੇਸ ਸੀਗੇ ਸੁੱਖੇ ਦੇ ਉੱਪਰ? ਸੁੱਖੇ ਦੇ ਭਾਈ 48 ਕੇਸ ਸੀਗੇ ਟੋਟਲ। ਹਾਂਜੀ। ਲਵਲੀ ਬਾਬਾ ਕਹਿੰਦੇ ਕਾਫੀ ਲੰਬਾ ਸਮਾਂ ਸੁੱਖੇ ਦਾ ਨਾਲ ਰਿਹਾ, ਸੁੱਖੇ ਦਾ ਯਾਰ ਮਿੱਤਰ ਸੀਗਾ, ਕੀ ਕਾਰਨ ਹੋ ਗਿਆ ਕਿ ਇਹ ਯਾਰੀ ਮਿੱਤਰਤਾ ਪਹਿਲਾਂ ਲਵਲੀ ਬਾਬੇ ਦੇ ਨਾਲ ਜਿਹੜੀ ਹੈਗੀ ਆ ਉਹ ਦੋਸਤੀ ਦੁਸ਼ਮਣੀ ਦੇ ਵਿੱਚ ਬਦਲ? ਸੁੱਖੇ ਭਾਈ ਨੇ ਕੋਈ ਭੈਣ ਬਣਾਈ ਸੀਗੀ ਤੇ ਲਵਲੀ ਬਾਬਾ ਉਹਨੂੰ ਤੰਗ ਤੁੰਗ ਕਰਦਾ ਸੀਗਾ, ਸੁੱਖੀ ਨੇ ਇੱਕ ਦੋ ਵਾਰੀ ਸਮਝਾਇਆ ਤੇ ਸੁੱਖਾ ਭਾਈ ਫਿਰ ਦੱਸਦਾ ਸੀਗਾ, ਕਹਿੰਦਾ ਜੇ ਮੈਂ ਲਵਲੀ ਨੂੰ ਨਾ ਮਾਰਦਾ ਲਵਲੀ ਨੇ ਮੈਨੂੰ ਮਾਰ ਦੇਣਾ, ਕਹਿੰਦਾ ਇਹ ਤੋਂ ਫਿਰ ਮੈਨੂੰ ਗੁੰਡ ਨਾ ਸੁੱਖੇ ਭਾਈ ਦੇ। ਮੇਰੇ ਹਿਸਾਬ ਨਾਲ ਸੁੱਖਾ ਭਾਈ ਦੱਸਦਾ ਹੁੰਦਾ ਸੀਗਾ, ਕਹਿੰਦਾ 2-2.5 ਸਾਲ ਤਕਰੀਬ ਰਿਹਾ ਮੇਰੇ ਘਰੇ ਤੇ ਕਹਿੰਦਾ ਕੱਪੜਾ ਪਾਉਣਾ ਮੈਂ ਸਿਖਾਇਆ ਸਾਰਾ ਕੁਝ, ਕਹਿੰਦਾ ਇਹਦੇ ਤਾਂ ਕੱਪੜੇ ਵੀ ਇੱਦਾਂ ਦੇ ਹੁੰਦੇ ਕਿ ਚੱਪਲਾਂ ਨਹੀਂ ਸੀ ਪੈਰੀ ਹੁੰਦੀਆਂ। ਐਂਡ 'ਤੇ ਭਾਈ ਕੋਈ ਯਾਰ ਵੀ ਨਹੀਂ ਪਿੱਛੇ ਆਉਂਦਾ ਸੁੱਖਾ ਭਾਈ ਸੀਗਾ ਅਤੇ ਐਂਡ 'ਤੇ ਸੁੱਖੇ ਭਾਈ ਦੇ ਵੀ ਮਾਂ ਪਏ, ਐਂਡ 'ਤੇ ਸੁੱਖੇ ਭਾਈ ਦੇ ਮੰਮਾ ਪਾਪਾ ਵੀ ਉਹਨਾਂ ਦੇ ਹੀ ਕੰਮ ਆਏ ਆ, ਹੋਰ ਕੋਈ ਯਾਰ ਦੋਸਤ ਨਹੀਂ ਆਇਆ। ਜਦੋਂ ਸੁੱਖੇ ਭਾਈ ਨੂੰ ਲੋੜ ਸੀਗੀ ਉਦੋਂ ਕਿਸੇ ਨੇ ਫੋਨ ਨਹੀਂ ਚੱਕਿਆ, ਠੀਕ ਆ ਨਾ। ਅਤੇ ਜੋ ਸੁੱਖੇ ਭਾਈ ਦੀ ਡੈਥ ਹੋ ਗਈ ਅਤੇ ਹੁਣ ਫਿਲਮ ਆਉਣ ਲੱਗੀ ਆ, ਹੁਣ ਸਾਰੇ ਕਹਿੰਦੇ ਸਾਡਾ ਸੁੱਖੇ ਨਾਲ ਬੜਾ ਪਿਆਰ ਸੀਗਾ ਸਾਡੇ ਨਾਲ, ਇੱਦਾਂ ਇੱਦਾਂ ਕੇ ਭਾਈ ਦਾ ਮੇਰੇ ਕੋਲ ਪਏ ਉਹਦਾ ਤਾਂ ਮੇਰੇ ਤੋਂ ਹੁੰਦੇ ਗਏ ਅਤੇ ਸੁੱਖੇ ਭਾਈ ਉੱਦਾਂ ਹੀ ਪਏ ਗਏ, ਉਹਦਾ 75,000 ਰੁਪਇਆ ਸੀਗਾ ਸੁੱਖੇ ਭਾਈ ਦਾ ਪਿਆ ਮੇਰੇ ਤੋਂ। ਇੱਦਾਂ ਚੱਕ ਕੇ ਮੈਂ ਸੁੱਖੇ ਭਾਈ ਦੀ ਮੰਮਾ ਦੇ ਹੱਥ ਰੱਖਤਾ, ਕਹਿੰਦੀ ਸ਼ੱਪੋ ਤੇ ਤਿੱਤੋ ਪਏ ਸੀਗੇ, ਮੈਂ ਕਿਹਾ ਹਾਂਜੀ ਮੇਰੇ ਤੋਂ ਹੈਗੇ। ਤੁਸੀਂ ਉਹਦੇ ਜੀਵਨ ਦੇ ਨਾਲ ਜੁੜੇ ਹੋਏ ਹੋ ਅਤੇ ਤੁਹਾਡੇ ਨਾਲ ਵੀ ਜਿਹੜੀਆਂ ਗੱਲਾਂ ਹੋਈਆਂ ਹੋਣਗੀਆਂ ਉਹ ਵੀ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਹੋਣਗੀਆਂ ਅਤੇ ਤੁਸੀਂ ਜਾਣਦੇ ਵੀ ਬਹੁਤ ਖੁਸ਼ ਹੋ ਗਏ ਇਸ ਫਿਲਮ ਦੇ ਬਾਰੇ, ਕਿੰਨੀ ਕੁ ਸੱਚਾਈ ਦਿਖਾਈ ਗਈ ਇਸ ਫਿਲਮ ਦੇ ਵਿੱਚ? ਸੋਚੋਂ ਜਿੱਦਾਂ ਸੋਚੋਂ 80% 90% ਸੱਚਾਈ ਆ, ਬਾਕੀ ਤੁਹਾਨੂੰ ਪਤਾ ਹੀ ਆ ਮਾੜਾ ਮੋਟਾ ਹੁੰਦਾ ਹੀ ਆ ਵਿੱਚ। ਗੈਂਗਸਟਰ ਸੁੱਖਾ ਕਾਲਵਾਂ ਦੇ ਜੀਵਨ 'ਤੇ ਆਧਾਰਿਤ ਫਿਲਮ ਆ ਰਹੀ ਹੈ ਸ਼ੂਟਰ, ਜੋ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ, ਕਿਉਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਝੂਠ ਦਿਖਾਇਆ ਗਿਆ ਅਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜਿਹੜਾ ਸੁੱਖੇ ਨੇ ਜਿਹੜੇ ਕਾਂਡ ਨਹੀਂ ਵੀ ਕੀਤੇ ਸੀ ਉਹ ਵੀ ਦਿਖਾਏ ਗਏ ਨੇ। ਅਤੇ ਸਾਡੇ ਨਾਲ ਮੌਜੂਦ ਨੇ ਇਸ ਵਕਤ ਗੋਪੀ ਨੇਜਰ, ਜੋ ਕਿ ਲੰਬਾ ਸਮਾਂ ਸੁੱਖਾ ਕਾਲਵਾਂ ਦੇ ਨਾਲ ਰਹੇ ਨੇ, ਕਾਫੀ ਕੁਝ ਜਾਣਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਅਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਸੁੱਖਾ ਰਿਹਾ ਅਤੇ ਕਿਹੜੇ ਹਾਲਾਤਾਂ ਨੇ ਉਹਨਾਂ ਨੂੰ ਗੈਂਗਸਟਰ ਬਣਾਇਆ ਅਤੇ ਇਸ ਫਿਲਮ ਦੇ ਵਿੱਚ ਕਿੰਨੀ ਕੁ ਸੱਚਾਈ ਦਿਖਾਈ ਗਈ ਹੈ ਇਸ ਦੇ ਬਾਰੇ ਗੱਲਬਾਤ ਕਰਾਂਗੇ ਗੋਪੀ ਨੇਜਰ ਦੇ ਨਾਲ। ਮੇਰੇ ਨਾਲ ਮੌਜੂਦ ਨੇ ਗੋਪੀ ਨੇਜਰ। ਗੋਪੀ, ਤੁਸੀਂ ਪਹਿਲੀ ਵਾਰੀ ਕਦੋਂ ਮਿਲੇ ਸੁੱਖੇ ਨੂੰ? ਮੈਂ ਸੁੱਖੇ ਨੂੰ ਪਹਿਲੀ ਵਾਰ ਸੁੱਖਾ ਸੈਂਸੋਰ ਸਟੱਡੀ ਕਰਦਾ ਸੀਗਾ, ਪ੍ਰੈਜੀਡੈਂਟ ਸੁੱਖਾ ਅਤੇ ਭਾਜੀ ਸੈਂਟ ਸੋਲਜਰ ਪ੍ਰੈਜੀਡੈਂਟ, ਮੈਂ ਸੈਂਟ ਸੋਲਜਰ ਹੀ ਮਿਲਿਆ ਸੀਗਾ ਉਦੋਂ ਫੇਡ ਸੀਗਾ ਕੋਲਜ, ਅਤੇ ਕੋਲਜ ਫੇਡ ਸੀਗਾ ਅਤੇ ਉੱਥੇ ਜਿੱਦਾਂ ਕਾਫੀ ਭਰਾ ਸੀਗੇ ਸੁੱਖੇ ਦੇ ਵੀ, ਯਾਰ ਦੋਸਤ ਸੀਗੇ, ਅਸੀਂ ਵੀ ਗਏ ਉਦੋਂ ਮੈਂ ਥੋੜ੍ਹਾ ਛੋਟਾ ਹੁੰਦਾ ਸੀਗਾ ਅਤੇ ਸੁੱਖਾ ਉਦੋਂ ਸਟੱਡੀ ਕਰਦਾ ਸੀਗਾ ਅਤੇ ਉੱਥੇ ਫਿਰ ਮੈਨੂੰ ਮਿਲਿਆ ਸੁੱਖਾ ਭਾਜੀ ਜਲੰਧਰ। ਹਾਂ, ਜਲੰਧਰ ਸੈਂਟ ਸੋਲਜਰ ਕੋਲਜ, ਅਤੇ ਉੱਥੋਂ ਲੈ ਕੇ ਉੱਥੋਂ ਮੈਨੂੰ ਮੇਰੀ ਪਹਿਲੀ ਮੁਲਾਕਾਤ ਉੱਥੇ ਹੋਈ ਸੁੱਖੇ ਭਾਜੀ ਨਾਲ। ਟੋਟਲ ਕਿੰਨਾ ਸਮਾਂ ਤੁਸੀਂ ਸੁੱਖੇ ਦੇ ਨਾਲ? ਸੁੱਖੇ ਦੇ ਨਾਲ ਮੈਨੂੰ 2012 'ਚ ਅਤੇ ਮੈਂ 13 'ਚ ਮੈਨੂੰ ਕਪੂਰਥਲੇ ਜੇਲ੍ਹ 'ਚ ਟੱਕਰੇ ਸੀ ਭਾਜੀ, ਅਤੇ ਕਪੂਰਥਲੇ ਮੇਰੇ ਨਾਲ ਰਹਿ ਗਏ 25 ਦਿਨ ਰਹਿ ਗਏ ਅਤੇ ਮੇਰੀ ਜਮਾਨਤ ਹੋ ਗਈ ਸੀਗੀ ਅਤੇ ਭਾਜੀ ਨੂੰ ਸ਼ਿਫਟ ਕਰਤਾ ਸੀਗਾ ਨਾਭੇ ਜੇਲ੍ਹ 'ਚ। ਉਸ ਤੋਂ ਬਾਅਦ ਫਿਰ ਜਿੱਦਾਂ ਜਿੰਨੀਆਂ ਵੀ ਆਉਣ ਜਾਣ, ਜਿੱਦਾਂ ਜਿੰਨੀਆਂ ਵੀ ਪਿੱਛੇ ਭਾਜੀ ਦੀਆਂ ਮੁਲਾਕਾਤਾਂ ਵਾਂ ਜੋ ਵੀ ਆ ਲੈਣ ਦੇਣਾ, ਅਤੇ ਫਿਰ ਭਾਜੀ ਨੇ ਮੈਨੂੰ ਦੇ ਤਾ ਸਾਰਾ ਕੁਛ, ਜਿੰਨਾ ਪਿੱਛੇ ਤੂੰ ਹੀ ਸਾਂਭਣਾ ਵਾਂ। ਅਤੇ ਸੁੱਖੇ ਦੇ ਮੰਮੀ ਪਾਪਾ ਦਾ ਵੀ ਫੋਨ ਆਉਂਦਾ ਰਹਿੰਦਾ ਸੀ ਰੋਜ਼, 1-2 ਵਾਰੀ ਦਿਨ 'ਚ ਆਉਣਾ ਹੀ ਆ ਅਤੇ ਗੋਪੀ ਕਿੱਦਾਂ ਸੁੱਖਾ? ਮੈਂ ਕਿਹਾ ਠੀਕ ਆ, ਸਾਰਾ ਕੁਛ ਵਧੀਆ ਵਾ। ਅਤੇ ਸੁੱਖਾ ਭਾਜੀ ਕਹਿੰਦਾ ਸੀ ਗੋਪੀ ਆਪਾਂ ਕਿਸੇ ਨੂੰ ਦੱਸਣਾ ਨੀਗਾ। ਅਤੇ ਜਿੱਦਾਂ ਸੁੱਖੇ ਭਾਜੀ ਦੀਆਂ ਜਮਾਨਤਾਂ ਜਮੂਨਤਾਂ ਹੈਗੀਆਂ, ਜਿੱਦਾਂ ਕਾਫੀ 2-2.5-3 ਸਾਲ ਨਿਬੜੇ ਗਏ, ਚਲ ਗਏ ਜਦੋਂ ਕਸਟਡੀ ਹੋ ਗਈ 2-2.5 ਸਾਲਾਂ ਬਾਅਦ, ਸੁੱਖਾ ਇਹੀ ਭਾਜੀ ਕਹਿੰਦੇ ਸੀਗੇ, ਕਹਿੰਦੇ ਗੋਪੀ ਆਪਾਂ ਕਿਸੇ ਨੂੰ ਦੱਸਣਾ ਨੀਗਾ ਅਤੇ ਜਮਾਨਤਾਂ ਜਮੂਨਤਾਂ ਆਪਾਂ ਕਰਾ ਲੈਣੀਆਂ ਵਾਂ, ਚੁੱਪ ਕਰਕੇ ਆਪਾਂ ਬਾਹਰ ਆ ਜਾਣਾ ਵਾਂ।
ਕਿਹੜੇ ਹਾਲਾਤ ਸੀਗੇ ਜਿਨ੍ਹਾਂ ਨੇ ਸੁੱਖੇ ਨੂੰ ਗੈਂਗਸਟਰ ਬਣਾਤਾ, ਇੰਨਾ ਖਤਰਨਾਕ ਅਪਰਾਧੀ ਬਣਾਤਾ? ਭਾਈ ਗੈਂਗਸਟਰ ਤਾਂ ਹੈ ਨਹੀਂ ਗਾ, ਪਰ ਸਾਡਾ ਚੱਲ ਬਣਾਇਆ ਗਿਆ ਸੀਗਾ ਅਤੇ ਬਣਾਇਆ ਗਿਆ ਸੀਗਾ ਅਤੇ ਜਿੱਦਾਂ ਜਿੱਦਾਂ ਦਾ ਰਹਿਣਾ ਉੱਦਾਂ ਦਾ ਸਹਿਣਾ ਭਾਅ ਜੀ। ਅਤੇ ਬਾਕੀ ਤੁਹਾਨੂੰ ਪਤਾ ਹੀ ਆ, ਭਰਾ ਜਿੰਨੇ ਸੀਗੇ ਸੁੱਖੇ ਦੇ ਯਾਰ ਦੋਸਤ ਸੀਗੇ ਅਤੇ ਉਹਦੀ ਤਾਂ ਆਪਣੀ ਕੋਈ ਲੜਾਈ ਨਹੀਂ ਸੀ ਸੁੱਖੇ ਭਾਅ ਜੀ ਦੀ, ਅਤੇ ਉਹਨੇ ਜੋ ਵੀ ਕੀਤਾ ਯਾਰੀ ਖਾਤਰ ਹੀ ਕੀਤਾ। ਜੀਵਨ ਤੇ ਆਧਾਰਿਤ ਫਿਲਮ ਬਣੀ ਆ, ਤੁਸੀਂ ਉਹਦੇ ਜੀਵਨ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਡੇ ਨਾਲ ਵੀ ਜਿਹੜੀਆਂ ਗੱਲਾਂ ਹੋਈਆਂ ਹੋਣਗੀਆਂ ਉਹ ਵੀ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਹੋਣਗੀਆਂ ਤੇ ਤੁਸੀਂ ਜਾਣਦੇ ਵੀ ਬਹੁਤ ਖੁਸ਼ ਹੋਗੇ ਫਿਲਮ ਦੇ ਬਾਰੇ। ਕਿੰਨੀ ਕੁ ਸੱਚਾਈ ਦਿਖਾਈ ਗਈ ਇਸ ਫਿਲਮ ਦੇ ਵਿੱਚ? ਸੱਚਾਈ ਤਾਂ ਭਾਅ ਜੀ ਕਾਫੀ ਦਿਖਾਈ ਗਈ ਆ ਵਿੱਚ, ਤੇ ਸੱਚਾਈ ਤਾਂ ਕਾਫੀ ਦਿਖਾਈ ਗਈ ਆ ਵਿੱਚ। ਸੋਚੋਂ ਜਿੱਦਾਂ ਸੋਚੋਂ 80% 90% ਸੱਚਾਈ ਆ ਅਤੇ ਬਾਕੀ ਤੁਹਾਨੂੰ ਪਤਾ ਹੀ ਆ ਮਾੜਾ ਮੋਟਾ ਹੁੰਦਾ ਹੀ ਆ ਵਿੱਚ। ਅਤੇ ਬਾਕੀ ਮੈਨੂੰ ਵੀ ਕਈਆਂ ਦੇ ਫੋਨ ਆਏ, ਬਹੁਤ ਲੋਕਾਂ ਯਾਰ ਮਿੱਤਰਾਂ ਦੇ ਕਈਆਂ ਦੇ ਫੋਨ ਆਏ, ਗੋਪੀ ਤੇਰਾ ਇੰਨਾ ਜ਼ਿਆਦਾ ਸੁੱਖੇ ਨਾਲ ਪਿਆਰ ਸੀਗਾ, ਸਗੋਂ ਤੇਰੀ ਗਵਾਹੀ ਗਈ ਤੂੰ ਮੇਨ, ਤੇਰੀ ਗਵਾਹੀ ਗਈ ਵਿੱਚ, ਅਤੇ ਸਗੋਂ ਤੇਰਾ ਵਿੱਚ ਰੋਲ ਆਉਣਾ ਚਾਹੀਦਾ ਇੱਦਾਂ ਇੱਦਾਂ ਨਾ। ਅਤੇ ਮੈਂ ਕਿਹਾ ਜਿੱਦਾਂ ਪਤਾ ਨਹੀਂ, ਮੈਂ ਕਿਹਾ ਸੁੱਖੇ ਦੇ ਮੰਮੀ ਡੈਡੀ ਨੂੰ ਪਤਾ ਜਿਹੜੇ ਵਿੱਚ ਬਣਾਉਂਦੇ ਆ, ਅਤੇ ਮੈਂ ਕਿਹਾ ਬਾਕੀ ਮੇਰੀ ਗੱਲ ਹੋਈ ਸੀਗੀ ਅਤੇ ਬਾਕੀ ਮੈਂ ਕਿਹਾ ਮੈਂ ਦਖਲ ਜਾ ਨਹੀਂ ਕੀਤਾ। ਅਤੇ ਬਾਕੀ ਸਾਨੂੰ ਵੀ ਚਾਅ ਵਾ, ਬਹੁਤ ਖੁਸ਼ੀ ਆ, ਸੁੱਖੇ ਭਰਾ ਦੀ ਫਿਲਮ ਆਈ ਆ, ਠੀਕ ਆ। ਅਤੇ ਬੜੀਆਂ ਗੱਲਾਂ ਇਹ ਸੁਣਨ ਨੂੰ ਮਿਲਦੀਆਂ ਕਿ ਇਸ ਫਿਲਮ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਗਈਆਂ ਜਿਹੜੀਆਂ ਸੁੱਖੇ ਨੇ ਨਹੀਂ ਸੀ ਕੀਤੀਆਂ, ਜਿਵੇਂ ਕਿ ਉਹ ਗੱਡੀ ਲੱਗ ਜਾਂਦੀ ਹੈ ਕਿਸੇ ਟਰੈਕਟਰ ਦੇ ਵਿੱਚ ਅਤੇ ਸੁੱਖਾ ਉਹਦੀ ਗੋਲੀ ਮਾਰ ਦਿੰਦਾ। ਕਿਹਾ ਜਾਂਦਾ ਕਿ ਉਸ ਦੇ ਵਿੱਚ ਸਿਰਫ ਲੜਾਈ ਹੋਈ ਸੀ, ਗੋਲੀ ਜਾਂ ਸੁੱਖੇ ਨੇ ਮਰਡਰ ਨਹੀਂ ਸੀ ਕੀਤਾ? ਹਾਂ, ਸੁੱਖੇ ਭਾਈ ਨੇ ਮਰਡਰ ਨਹੀਂ ਸੀ ਕੀਤਾ, ਅਤੇ ਉਦੋਂ ਜਦੋਂ ਸੁੱਖੇ ਭਾਈ ਦੇ ਚਪੇੜ ਮਾਰੀ ਸੀ ਨਾ, ਅਤੇ ਉਦੋਂ ਸੁੱਖੇ ਭਾਈ ਨੇ ਜਿੱਦਾਂ ਬਾਅਦ 'ਚ ਮੁੰਡੇ ਮਾਂਡੇ ਲਿਆਂਦੇ ਸੀਗੇ, ਅਤੇ ਜਿੰਨਾ ਗੱਲ ਹੋਈ ਜਿਹਨੇ ਚਪੇੜ ਮਾਰੀ ਗਈ ਉਹ ਮੋਟਰ 'ਤੇ ਬੈਠੇ ਸੀਗੇ, ਅਤੇ ਵੱਢ ਵੜਾਂਗਾ ਤਾਂ ਬਹੁਤ ਜ਼ਿਆਦਾ ਹੋਇਆ ਸੀਗਾ ਉੱਥੇ, ਅਤੇ ਕਤਲ ਕੁਤਲ ਦਾ ਤਾਂ ਭਾਈ ਮੈਂ ਵੀ ਨਹੀਂ ਸੁਣਿਆ ਕਦੀ। ਤਾਂ ਫਿਰ ਜਿਸ ਤਰੀਕੇ ਦੇ ਨਾਲ ਇਹ ਝੂਠ ਦਿਖਾਇਆ ਗਿਆ, ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਦੁਸ਼ਮਣੀਆਂ ਜਾਗ ਜਾਣਗੀਆਂ ਜੇ ਝੂਠ ਦਿਖਾਇਆ ਗਿਆ ਇਹਦੇ ਵਿੱਚ? ਤਾਂ ਤੁਹਾਡੀ ਹੋਰ ਦੁਸ਼ਮਣੀਆਂ ਯਾਰਾਂ ਮਿੱਤਰਾਂ ਦੀਆਂ ਜਿਹੜੀਆਂ ਹੈਗੀਆਂ ਦੁਸ਼ਮਣੀਆਂ ਸੁੱਖੇ ਦੇ, ਤਾਂ ਉਹ ਜਿਹੜੀਆਂ ਹਰੀਆਂ ਹੋ ਸਕਦੀਆਂ ਨੇ ਦੁਬਾਰਾ? ਭਾਈ ਇੱਦਾਂ ਜਿੱਦਾਂ ਜਿਹਨੇ ਸਟੋਰੀ ਦਿੱਤੀ ਆ, ਜਿਹਨੇ ਇਹ ਤਾਂ ਦੁਸ਼ਮਣੀ ਤਾਂ ਉਹਨਾਂ ਹੀ ਪਊਗੀ, ਠੀਕ ਹੈ ਨਾ। ਅਤੇ ਜਿੱਥੋਂ ਜਿੱਥੋਂ ਆਪਾਂ ਨਹੀਂ ਕੁਛ ਦਿੱਤਾ, ਕੁਛ ਨਹੀਂ ਇੱਦਾਂ ਦਾ, ਆਪਣੇ ਦੁਸ਼ਮਣੀ ਥੋੜ੍ਹੀ ਪੈਣੀ ਆ, ਠੀਕ ਹੈ ਨਾ। ਆਪਣਾ ਫਰਜ਼ ਹੀ ਗਵਾਹੀ ਦੇਣਾ। ਅਤੇ ਲੋਕ ਕਈ ਪੋਸਟਾਂ ਲੋਕ ਬਹੁਤ ਪਾਉਂਦੇ ਆ, ਹਾਂ ਸੁੱਖੇ ਦਾ ਬਦਲਾ ਲੈਣਾ ਹੈ ਕਰਨਾ, ਮੈਨੂੰ ਲੋਕ ਬਹੁਤ ਕਹਿੰਦੇ ਸੀਗੇ ਅਤੇ ਗੋਪੀ ਤੇਰਾ ਸੁੱਖੇ ਨਾਲ ਜ਼ਿਆਦਾ ਪਿਆਰ ਸੀਗਾ, ਸਗੋਂ ਤੇਰਾ ਦਿਲੋਂ ਪਿਆਰ ਸੀਗਾ ਨਾ, ਤੁਸੀਂ ਤਾਂ ਭਰਾ ਸੀਗੇ ਅਤੇ ਤੂੰ ਤਾਂ ਕੁਛ ਨਾ, ਤੂੰ ਅੱਜ ਤੱਕ ਦੀ ਪੋਸਟ ਪਾਈ ਆ ਉਹਨਾਂ ਦੇ ਖਿਲਾਫ ਇੱਦਾਂ ਇੱਦਾਂ। ਮੈਂ ਕਿਹਾ ਵੀਰ ਪੋਸਟਾਂ, ਮੈਂ ਕਿਹਾ ਜੋ ਕਰਾਂਗੇ ਚੁੱਪ ਕਰਕੇ ਕਰਾਂਗੇ। ਅਤੇ ਜਦੋਂ ਗਵਾਹੀ ਦਿੱਤੀ ਅਤੇ ਫਿਰ ਲੋਕਾਂ ਦੇ ਮੂੰਹ ਬੰਦ ਹੋ ਗਏ, ਆਹ ਕੀ ਹੋ ਗਿਆ। ਅਤੇ ਸਾਰੇ ਟੋਟਲ ਕਿੰਨੇ ਕੇਸ ਸੀਗੇ ਸੁੱਖੇ ਦੇ ਉੱਪਰ? ਸੁੱਖੇ ਦੇ ਭਾਅ ਜੀ 48 ਕੇਸ ਸੀਗੇ ਟੋਟਲ। ਹਾਂਜੀ, ਟੋਟਲ 48 ਕੇਸ ਸੀ। ਅਤੇ ਸੁੱਖੇ ਨੇ ਉਹਦੇ ਵਿੱਚ ਸਹੀ ਕਿੰਨੇ ਪਰਚੇ ਸੀ ਅਤੇ ਗਲਤ ਕਿੰਨੇ ਸੀ? ਕਿਉਂਕਿ ਕਿਹਾ ਜਾਂਦਾ ਕਿ ਸੁੱਖੇ ਨੇ ਬੜੇ ਮਰਡਰ ਕੀਤੇ ਸੀ, ਸਹੀ ਮਾਇਨੇ ਦੇ ਵਿੱਚ ਸੁੱਖੇ ਨੇ ਕਿੰਨੇ ਮਰਡਰ ਕੀਤੇ ਸੀ? ਸੁੱਖੇ ਨੇ, ਸੁੱਖਾ ਤਾਂ ਭਾਈ ਉੱਦਾਂ ਜਿਹੜਾ ਕੇਸਾਂ 'ਚ ਚੱਲਦੇ ਮਰਡਰ ਉਹ ਤਾਂ ਦੋ ਹੀ ਚੱਲਦੇ ਆ, ਇੱਕ ਲਵਲੀ ਬਾਬੇ ਦਾ ਸੀਗਾ, ਇੱਕ ਫੋਗੋਵਾੜੇ ਵਾਲਾ ਕੇਸ ਸੀਗਾ। ਕਿਉਂ ਮੈਂ ਤਰੀਕਾਂ 'ਤੇ ਜਾਂਦਾ ਰਿਹਾ ਸੀਗਾ, ਵਕੀਲਾਂ ਹਰ ਇੱਕ ਨੂੰ ਵਕੀਲ ਨੂੰ ਮਿਲਦਾ ਸੀਗਾ ਅਤੇ ਜ਼ਮਾਨਤਾਂ ਵੀ ਮੈਂ ਕਰਾਉਣਾ ਸੀਗਾ ਸੁੱਖੇ ਭਾਈ ਦੀਆਂ, ਅਤੇ ਤਾਂ ਕਰਕੇ ਸਹੀ ਹੈ ਨਾ। ਲਵਲੀ ਬਾਬੇ ਤੋਂ ਚੇਤਾ ਆਇਆ, ਲਵਲੀ ਬਾਬਾ ਕਹਿੰਦੇ ਕਾਫੀ ਲੰਬਾ ਸਮਾਂ ਸੁੱਖੇ ਦਾ ਨਾਲ ਰਿਹਾ, ਸੁੱਖੇ ਦਾ ਯਾਰ ਮਿੱਤਰ ਸੀਗਾ, ਕੀ ਕਾਰਨ ਹੋ ਗਿਆ ਕਿ ਇਹ ਯਾਰੀ ਮਿੱਤਰਤਾ ਪਹਿਲਾਂ ਲਵਲੀ ਬਾਬੇ ਦੇ ਨਾਲ ਜਿਹੜੀ ਹੈਗੀ ਆ ਉਹ ਦੋਸਤੀ ਦੁਸ਼ਮਣੀ ਦੇ ਵਿੱਚ ਬਦਲ ਗਈ? ਜਿੱਦਾਂ ਸੁੱਖਾ ਬਾਈ ਅਤੇ ਸੁੱਖਾ ਭਾਜੀ ਅਤੇ ਲਵਲੀ ਬਾਬਾ ਇਹ ਸਾਰੇ ਜਿੱਦਾਂ ਇਕੱਠੇ ਰਹਿੰਦੇ ਸੀਗੇ ਅਤੇ ਸੁੱਖੇ ਦੇ ਘਰ ਵੀ ਰਹੇ ਸਾਰੇ, ਅਤੇ ਮੈਨੂੰ ਸੋਚ ਹੀ ਆਇਆ ਜਿੱਦਾਂ ਸੁੱਖੇ ਭਾਈ ਨੇ ਕੋਈ ਭੈਣ ਬਣਾਈ ਸੀਗੀ ਅਤੇ ਲਵਲੀ ਬਾਬਾ ਉਹਨੂੰ ਤੰਗ ਤੁੰਗ ਕਰਦਾ ਸੀਗਾ, ਸੁੱਖੀ ਨੇ ਇੱਕ ਦੋ ਵਾਰੀ ਸਮਝਾਇਆ ਅਤੇ ਸੁੱਖਾ ਭਾਈ ਫਿਰ ਦੱਸਦਾ ਸੀਗਾ, ਕਹਿੰਦਾ ਜੇ ਮੈਂ ਲਵਲੀ ਨੂੰ ਨਾ ਮਾਰਦਾ ਲਵਲੀ ਨੇ ਮੈਨੂੰ ਮਾਰ ਦੇਣਾ ਸੀ, ਕਹਿੰਦਾ ਇਹ ਤੋਂ ਫਿਰ ਮੈਨੂੰ ਮਾਰਨਾ ਪਿਆ। ਸੁੱਖਾ ਭਾਈ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ, ਜਦੋਂ ਤਰੀਕ 'ਤੇ ਆਉਣਾ ਜਾਂ ਫੋਨ 'ਤੇ ਲੱਗੇ ਰਹਿਣਾ ਸੀ ਸਾਰੀ ਦਿਹਾੜੀ। ਤਾਂ ਵਿੱਕੀ ਗੌਂਡਰ ਦੇ ਨਾਲ ਵੀ ਸੁੱਖੇ ਦੁਸ਼ਮਣੀ ਇਸੇ ਕਰਕੇ ਪਈ? ਹਾਂ, ਇਸੇ ਕਰਕੇ ਪਈ ਸੀਗੀ। ਅਤੇ ਵਿੱਕੀ ਗੌਂਡਰ ਨੂੰ ਮਿਲਾਉਣ ਵਾਲਾ ਕੌਣ ਸੀ ਲਵਲੀ ਬਾਬੇ ਦੇ ਨਾਲ? ਇਹ ਸੁੱਖਾ ਭਾਜੀ ਮਿਲਾਉਣ ਵਾਲਾ ਸੀਗਾ ਅਤੇ ਲਵਲੀ ਬਾਬੇ ਨੂੰ ਅਤੇ ਬਾਕੀ ਸੋਨੂ ਆ ਲਵਲੀ ਦੇ ਕੋਈ ਚਾਚੇ ਤਾਏ ਦਾ ਮੁੰਡਾ, ਅਤੇ ਸੋਨ 'ਚ ਵੀ ਇੱਦਾਂ ਆ ਵਾ, ਬਾਕੀ ਜ਼ਿਆਦਾ ਪੈਸੇ ਉਹਨੇ ਹੀ ਚੜੇ ਸੀਗੇ, ਵਿੱਕੀ ਹੁਣੀ ਜ਼ਿਆਦਾ ਪੈਸਿਆਂ ਦੇ ਲਾਲਚ ਸੀਗੇ, ਪੈਸਿਆਂ ਪੂਆਂ ਨਾਲ ਹੀ ਆ, ਸੋਨ 'ਚ ਇੱਦਾਂ ਹੀ ਆਉਂਦਾ ਵਾ, ਉਹ ਬਸ ਪੈਸਿਆਂ ਦੇ ਯਾਰ ਸੀਗੇ। ਅਤੇ ਜਿਹੜੇ ਵਿੱਕੀ ਗੌਂਡਰ ਨੇ ਪੈਸਿਆਂ ਦੇ ਕਰਕੇ ਸੁੱਖੇ ਨਾਲ ਯਾਰੀ ਮਿੱਤਰਤਾ 'ਚ ਫਿਰ ਫਿੱਕ ਪਾ? ਹਾਂ, ਪੈਸੇ ਕਰਕੇ ਭਾਅ ਜੀ। ਤਾਂ ਫਿਰ ਉਸ ਤੋਂ ਬਾਅਦ
ਵਿੱਕੀ ਦੇ ਨਾਲ ਕੀ ਕਾਰਨ ਪਿਆ? ਕਿਉਂਕਿ ਸੁੱਖਾ ਵਿੱਕੀ ਦੇ ਨਾਲ ਕਾਫੀ ਲੰਬਾ ਸਮਾਂ ਰਿਹਾ ਸੀ। ਕਿਹਾ ਜਾਂਦਾ ਕਿ ਲਵਲੀ ਬਾਬੇ ਦੇ ਕਰਕੇ, ਜਿਹੜਾ ਹੈਗਾ ਲਵਲੀ ਬਾਬੇ ਦੇ ਮਰਡਰ ਦੇ ਕਰਕੇ ਵਿੱਕੀ ਗੌਂਡਰ ਨੇ ਉਹਨੂੰ ਮਾਰ ਦਿੱਤਾ। ਇਹੋ ਜਿਹਾ ਕੀ ਹੋ ਗਿਆ ਸੀਗਾ ਕਿ ਸੁੱਖੇ ਨੂੰ ਉਹ ਛੱਡ ਕੇ ਤਾਂ ਲਵਲੀ ਬਾਬੇ ਦੇ ਜ਼ਿਆਦਾ ਕਲੋਜ਼ ਹੋ ਗਿਆ? ਸਿਰਫ ਪੈਸੇ ਲਈ? ਪੈਸੇ ਕਰਕੇ ਵੀ, ਅਤੇ ਜਿੱਦਾਂ ਤੁਹਾਨੂੰ ਪਤਾ ਹੀ ਆ, ਜਿੱਦਾਂ ਦੇ ਯਾਰ ਆਉਂਦੇ ਆ ਅਤੇ ਯਾਰ ਵਿੱਚ ਇੱਦਾਂ ਦੇ ਕਈ ਪੈ ਜਾਂਦੇ ਆ, ਫਿੱਕ ਪਾਉਣ ਵਾਲੇ, ਤੂੰ ਇੱਧਰ ਆ, ਤੂੰ ਉੱਧਰ ਗਿਆ ਨਾ, ਉਹਨੇ ਉਹ ਵੀ ਮਾਰਤਾ ਵਾ ਭਰਾ ਸਾਡਾ, ਅਤੇ ਤੈਨੂੰ ਵੀ ਭੁਲੇਖਣਾ ਮਾਰ ਦੂਗਾ, ਧੋਖੇ ਨਾਲ ਮਾਰ ਦੂਗਾ, ਇੱਦਾਂ ਕਈ ਵਿੱਚ ਯਾਰ ਫਿੱਕ ਪਾਉਣ ਲਈ ਬਥੇਰੇ ਆ ਜਾਂਦੇ ਆ। ਸਰ ਕੀ ਸੁੱਖੇ ਕਾਹਲੋਂ ਦੀ ਅਤੇ ਵਿੱਕੀ ਗੌਂਡਰ ਦੀ ਇੰਨੀ ਕੱਚੀ ਦੋਸਤੀ ਸੀਗੀ ਕਿ ਸਿਰਫ ਲੋਕਾਂ ਦੀਆਂ ਗੱਲਾਂ ਦੇ ਕਰਕੇ ਟੁੱਟ ਗਈ? ਭਾਈ ਵਿੱਕੀ ਗੌਂਡਰ ਨਾ ਸੁੱਖੇ ਭਾਈ ਦੇ, ਮੇਰੇ ਹਿਸਾਬ ਸੁੱਖਾ ਭਾਈ ਦੱਸਦਾ ਹੁੰਦਾ ਸੀਗਾ, ਕਹਿੰਦਾ 2-2.5 ਸਾਲ ਤਕਰੀਬ ਰਿਹਾ ਮੇਰੇ ਘਰ, ਅਤੇ ਕਹਿੰਦਾ ਕੱਪੜਾ ਪਾਉਣਾ ਮੈਂ ਸਿਖਾਇਆ ਸਾਰਾ ਕੁਝ, ਕਹਿੰਦਾ ਇਹਦੇ ਤਾਂ ਕੱਪੜੇ ਵੀ ਇੱਦਾਂ ਦੇ ਹੁੰਦੇ ਕਿ ਚੱਪਲਾਂ ਨਹੀਂ ਸੀ ਪੈਰੀ ਹੁੰਦੀਆਂ, ਕਹਿੰਦਾ ਸਾਰਾ ਕੁਝ ਭਾਈ ਕਹਿੰਦਾ ਮੈਂ ਪਾਉਣਾ ਸਿਖਾਏਗਾ। ਅਤੇ ਬਾਅਦ 'ਚੋਂ ਲਵਲੀ ਬਾਬੇ ਕਰਕੇ ਹੋਇਆ ਜੋ ਹੋਇਆ, ਅਤੇ ਸੋਨੂੰ ਹੁਣੀ ਜ਼ਿਆਦਾ ਕਹਿਣ ਦੇ ਗਏ, ਅਤੇ ਸੋਨੂੰ ਨੇ ਫਿਰ ਪੰਪ ਪੁੰਪ ਚਾੜਿਆ, ਪੈਸੇ ਪੂਸੇ ਦਿੱਤੇ ਪਿੱਛੇ ਚਾੜੇ ਚੰਗੇ, ਅਤੇ ਫਿਰ ਉਹਨਾਂ ਨੇ ਆਹ ਕੀਤਾ। ਕਿੰਨਾ ਸਮਾਂ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਦੁਸ਼ਮਣੀ ਚੱਲੀ, ਸੁੱਖਾ ਕਾਹਲੋਂ ਦੀ ਅਤੇ ਵਿੱਕੀ ਗੌਂਡਰ? ਭਾਜੀ ਜਦੋਂ ਵਿੱਕੀ ਲਵਲੀ ਦਾ ਕਤਲ ਹੋਇਆ ਸੀਗਾ, ਲਵਲੀ ਬਾਬੇ ਦਾ, ਉੱਥੋਂ ਲੈ ਗਏ ਅਤੇ 2021 ਜਨਵਰੀ 2015 ਤੱਕ ਬਹੁਤ ਸੁੱਖੇ ਭਾਈ ਡੈਥ ਹੋ ਗਈ। ਕਿਸੇ ਯਾਰ ਮਿੱਤਰ ਨੇ ਇਹਨਾਂ ਦੀ ਦੋਸਤੀ 'ਚ ਆਪਸ 'ਚ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਭਾਜੀ ਸਾਰੇ ਤੁਹਾਨੂੰ ਤੁਸੀਂ ਨਹੀਂ ਸਿਆਣੇ ਆ ਥੋੜ੍ਹੇ ਜਿਹੇ, ਬਾਕੀ ਸਾਰੇ ਕੋਈ ਸਮਝਾਉਂਦਾ ਨਹੀਂ ਗਾ, ਲੋਕ ਤਮਾਸ਼ਾ ਹੀ ਵੇਖਦੇ ਅੱਜ ਕੱਲ੍ਹ। ਸਹੀ ਹੈ ਨਾ, ਕੋਸ਼ਿਸ਼ ਨਹੀਂ ਕੀਤੀ, ਕੋਸ਼ਿਸ਼ ਕੀਤੀ ਹੁੰਦੀ ਤਾਂ ਸਾਡਾ ਭਰਾ ਇਸ ਟਾਈਮ ਜਿੰਦਾ ਹੁੰਦਾ ਅਤੇ ਸਾਡੇ ਨਾਲ ਹੁੰਦਾ। ਕਹਿੰਦੇ ਸੁੱਖੇ ਨੂੰ ਪਤਾ ਲੱਗ ਗਿਆ ਸੀਗਾ ਕਿ ਵਿੱਕੀ ਗੌਂਡਰ ਉਹਨਾਂ 'ਤੇ ਹਮਲਾ ਕਰਨ ਨੂੰ ਫਿਰਦਾ, ਅਤੇ ਸੁੱਖੇ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ, ਕੀ ਗੱਲ ਪ੍ਰਸ਼ਾਸਨ ਨੇ ਸੁਣੀ ਨਹੀਂ? ਭਾਜੀ ਜਿੱਦਾਂ ਮੈਂ ਨਾ ਸੁੱਖੇ ਦੀ ਤਕਰੀਬਨ ਹਰ ਤਰੀਕ 'ਤੇ ਜਾਂਦਾ ਰਿਹਾ, ਸੁੱਖੇ ਦਾ ਜਿੰਨਾ ਪਿੱਛੇ ਸਰਕਲ ਸੀਗਾ ਜੋ ਵੀ ਪੈਰਵਾਈ ਸਾਰੀ ਮੈਂ ਹੀ ਕਰਦਾ ਰਿਹਾ ਸੀਗਾ। ਅਤੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ, ਸੁੱਖੇ ਭਾਜੀ ਕਹਿੰਦਾ ਸੀਗਾ, ਕਹਿੰਦਾ ਗੁੱਪੀ ਆਪਾਂ ਜਮਾਨਤਾਂ ਕਰਾ ਦੇ ਮੇਰੀਆਂ, ਅਤੇ ਜਿੱਦਾਂ ਜਮਾਨਤਾਂ ਜਮੂਨਤਾਂ ਤਕਰੀਬਨ ਮੇਰੇ ਹਿਸਾਬ ਨਾਲ 8-10 ਕੇਸ ਹੀ ਰਹਿ ਗਏ ਜਮਾਨਤਾਂ ਦੇ, ਅਤੇ ਬਾਕੀ 2 ਜਿਹੜੇ ਕਤਲ ਦੇ ਪਰਚੇ ਉਹ ਰਹਿ ਗਏ ਗੇ, ਅਤੇ ਬਾਕੀ ਜਮਾਨਤਾਂ 8-10 ਪਰਚੇ ਰਹਿ ਗਏ ਸੀਗੇ, ਅਤੇ ਬਾਕੀ ਤਕਰੀਬਨ ਸਾਰੀਆਂ ਭਾਜੀ ਦੀਆਂ ਜਮਾਨਤਾਂ ਹੋ ਗਈਆਂ ਗੀਆਂ, ਅਤੇ 20 ਕੇਸ ਵਿੱਚੋਂ ਭਾਜੀ ਦੇ ਬਰੀ ਵੀ ਹੋ ਗਏ ਸੀਗੇ, ਅਤੇ ਬਰੀ ਹੋ ਗਏ ਸੀਗੇ, ਅਤੇ ਭਾਜੀ ਤਾਂ ਭਾਜੀ ਨੇ ਚੁੱਪ ਕਰਕੇ ਆਉਣਾ ਸੀਗਾ, ਅਤੇ ਜਿਹੜਾ ਜਿੱਦਾਂ ਉਹ ਪਲੈਨਿੰਗ ਕਰਦੇ ਸੀਗੇ, ਅਤੇ ਉਹਨਾਂ ਦੇ ਵਿੱਚੋਂ ਹੀ ਭਾਜੀ ਨੂੰ ਕੋਈ ਮੁੰਡਾ ਦੱਸਦਾ ਸੀਗਾ, ਅਤੇ ਸੁੱਖੇ ਬਾਅਦ ਤੈਨੂੰ ਇੱਦਾਂ ਮਾਰਨ ਦੀ ਪਲੈਨਿੰਗ ਕਰਦੇ ਇੱਦਾਂ ਇੱਦਾਂ, ਅਤੇ ਸੁੱਖਾ ਕਹਿੰਦਾ, ਸੁੱਖੇ ਵੀ ਭਾਜੀ ਨੇ ਜਿੱਦਾਂ ਗੱਲਾਂ ਸ਼ੇਅਰ ਕਰਦਾ ਰਿਹਾ, ਅਤੇ ਫਿਰ ਮੈਨੂੰ ਕਹਿੰਦਾ ਸੀ ਗੁੱਪੀ ਯਾਰ ਆਹ ਕੰਮ ਹੋ ਗਿਆ ਵਾ, ਕਹਿੰਦਾ ਸੋਨੂੰ ਨਹੀਂ ਰਿਹਾ, ਅਤੇ ਕਹਿੰਦਾ ਉਹ ਮੈਨੂੰ ਮਾਰਨ ਨੂੰ ਫਿਰਦੇ ਆ, ਫਿਰ ਜਿੱਦਾਂ ਸੁੱਖੇ ਨੂੰ ਅਸੀਂ ਭਜਾਉਣਾ ਸੀਗਾ ਭਾਜੀ। ਹਾਂ, ਯਾਨੀ ਕਿ ਜਦੋਂ ਪਤਾ ਲੱਗਿਆ ਕਿ ਸੁੱਖੇ ਨੂੰ ਮਾਰਨ ਨੂੰ ਫਿਰਦੇ, ਤੁਸੀਂ ਭਜਾਉਣ ਦੀ ਜਿਹੜੀ ਹੈਗੀ ਆ ਪਲੈਨਿੰਗ ਬਣਾ ਲਈ? ਹਾਂਜੀ, ਸੁੱਖੇ ਭਾਈ ਨੇ ਕਿਹਾ ਸੀਗਾ, ਕਹਿੰਦਾ ਗੁੱਪੀ ਹੁਣ ਮੈਂ ਭੱਜਣਾ ਵਾਂ, ਅਤੇ ਕਹਿੰਦਾ ਐਵੇਂ ਘਾਟਾ ਖਾਵਾਂਗੇ ਆਪਾਂ ਵੀ, ਠੀਕ ਆ ਨਾ, ਅਤੇ ਵੇਲਾ ਹੱਥ ਨਹੀਂ ਆਉਂਦਾ, ਅਤੇ ਫਿਰ ਭਾਈ ਸਾਡੀ ਤਾਂ ਸੈਟਿੰਗ ਹੋ ਗਈ ਪੂਰੀ, ਠੀਕ ਆ ਨਾ, ਅਤੇ ਚੱਲ ਭਜਾਉਣ ਦੀ, ਅਤੇ ਹਥਿਆਰ ਥੁਰੀ ਵੀ ਆ ਗਏ ਗੇ, ਅਤੇ ਚੱਲ ਹਥਿਆਰ ਆ ਗਏ ਗੇ, ਸੁੱਖਾ ਭਾਈ ਕਹਿੰਦਾ ਗੁੱਪੀ ਆਪਾਂ 26 ਜਨਵਰੀ ਤੋਂ ਬਾਅਦ ਭੇਜਾਂਗੇ ਨਾਕੇ ਨੁੱਕੇ ਕਰਕੇ, ਅਤੇ ਨਾਕੇ 26 ਜਨਵਰੀ ਕਰਕੇ ਨਾਕੇ ਨੁੱਕੇ ਲੱਗਦੇ ਆ, ਅਤੇ ਨਾਕੇ ਲੱਗਦੇ, ਅਤੇ ਕਹਿੰਦਾ ਉਹ ਤੋਂ ਬਾਅਦ ਭੇਜਾਂਗੇ, ਉਦੋਂ ਤੱਕ ਮੁਲਾਜ਼ਮ ਛੁੱਟੀ ਛਾਟੀ ਚੱਲ ਜਾਂਦੇ ਆ, ਅਤੇ ਸਾਡੇ ਵਿੱਚੋਂ ਕਿਸੇ ਨੇ ਪਤਾ ਲੱਗਿਆ, ਸਾਡੇ ਵਿੱਚੋਂ ਕਿਸੇ ਨੇ ਉਹਨਾਂ ਨੂੰ ਦੱਸਤਾ, ਅਤੇ ਕਿ ਤੈਨੂੰ ਮਾਰਨ ਨੂੰ ਫਿਰਦੇ ਆ, ਅਤੇ ਉਹਨੇ ਭੱਜਣਾ ਵਾ 21 ਜਨਵਰੀ 26 ਜਨਵਰੀ ਤੋਂ ਬਾਅਦ ਭੱਜਣਾ ਵਾ, ਠੀਕ ਆ, ਅਤੇ ਤੋਂ ਚੰਗਾ ਆਪਾਂ ਪਹਿਲੋਂ ਕਰ ਦਈਏ, ਉਹਨਾਂ ਨੇ 21 ਜਨਵਰੀ ਕੰਮ ਕਰਤਾ। ਅੱਛਾ, ਜਿਹੜੀਆਂ ਗੱਲਾਂ ਉਹਨਾਂ ਦੇ ਵਿੱਚੋਂ ਕੁਝ ਬੰਦੇ ਤੁਹਾਨੂੰ ਦੱਸਦੇ ਸੀ, ਤੁਹਾਡੇ ਵਿੱਚੋਂ ਵੀ ਕੁਝ ਇਹੋ ਜਿਹੇ ਬੰਦਾ ਪੈਦਾ ਹੋ ਗਿਆ ਜਿਹੜਾ ਉਹਨਾਂ ਨੂੰ ਗੱਲਾਂ ਦੱਸਣ ਵਾਲਾ ਹੋ ਗਿਆ ਸੀ? ਹਾਂਜੀ ਭਾਜੀ, ਸੋਚ ਇੱਦਾਂ ਹੀ ਆਇਆ ਭਰਾ ਸਾਰੇ, ਇੱਦਾਂ ਹੀ ਪਤਾ, ਬੰਦੇ ਦਾ ਨਾਂ ਨਹੀਂ ਲੈਣਾ, ਬੰਦੇ ਦਾ ਤਾਂ ਪਤਾ ਲੱਗ ਗਿਆ ਸੀਗਾ, ਅਤੇ ਪਤਾ ਲੱਗਾ ਹੁਣ ਬੰਦੇ ਦਾ ਕੀ ਨਾਂ ਲੈਣਾ ਆਪਾਂ, ਅਤੇ ਉਹ ਬੰਦੇ ਨੇ ਸਾਰਾ ਕੁਝ ਦੱਸਿਆ ਸੀਗਾ, ਅਤੇ ਅਸੀਂ ਸੁੱਖੇ ਦੇ ਜਦੋਂ ਡੈਥ ਹੋਈ ਤਾਂ ਉਦੋਂ ਡੈਥ ਹੋਣ ਤੋਂ ਕਿੰਨਾ ਟਾਈਮ ਪਹਿਲਾਂ ਤੁਸੀਂ ਤੁਹਾਡੀ ਸੁੱਖੇ ਦੇ ਨਾਲ ਮੁਲਾਕਾਤ ਹੋਈ ਸੀ? ਭਾਜੀ ਜਿੱਦਣ ਭਾਜੀ ਦੀ ਡੈਥ ਹੋ ਗਈ ਉਦਣ ਹੀ ਮੁਲਾਕਾਤ ਹੋਈ ਮੇਰੀ, ਭਾਜੀ ਦੀ ਤਰੀਕ ਸੀਗੀ ਅਤੇ ਮੈਂ ਗਿਆ ਸੀਗਾ, ਤੁਹਾਨੂੰ ਦੱਸਿਆ ਮੈਂ ਹਰ ਤਰੀਕ 'ਤੇ ਜਾਂਦਾ ਸੀਗਾ, ਅਤੇ ਉਦੋਂ ਮੈਨੂੰ 2 ਵਿਆਹ ਸੀਗਾ, 2 ਵਿਆਹ ਸੀਗੇ, ਅਤੇ ਸੁੱਖਾ ਭਾਈ ਅਸੀਂ ਮਿਲੇ, ਵਾਵਟ 10-15 ਮਿੰਟ ਗੱਲਾਂ ਗੁੱਲਾਂ ਕੀਤੀਆਂ, ਅਤੇ ਸੁੱਖਾ ਭਾਈ ਕਹਿੰਦਾ ਗੁੱਪੀ ਤੂੰ ਜਾ ਵਿਆਹ ਮੇਰਾ ਪੁੱਤ, ਅਤੇ ਤੂੰ ਮੇਰਾ ਕਰਕੇ ਕਈ ਵਿਆਹ ਵੀ ਛੱਡਦਾ ਇੱਦਾਂ ਇੱਦਾਂ, ਅਤੇ ਮੈਂ ਚੱਲ ਕੋਈ ਨਾ ਭਰਾ ਨਾਲ 10 ਮਿੰਟ ਗੱਲਾਂ ਕਰ ਲਈਏ, ਅਤੇ 10 ਮਿੰਟ ਗੱਲਾਂ ਗੁੱਲਾਂ ਕੀਤੀਆਂ ਅਤੇ ਮੈਂ ਚੱਲ ਗਿਆ, ਅਤੇ ਨਾਲ ਮੁੰਡੇ ਹੀ ਮੇਰੇ ਯਾਰ ਦੋਸਤ, ਅਤੇ ਮੁੰਡੇ ਉੱਥੇ ਵੀ ਉੱਦਾਂ ਵੀ ਆਏ ਗਏ 15-20 ਜਣੇ, ਅਤੇ ਸੁੱਖੇ ਭਾਈ ਦੀ ਤਰੀਕ 'ਤੇ ਤਕਰੀਬਨ ਮੈਂ ਅਤੇ ਉੱਦਾਂ ਮੁੰਡੇ 60-70 ਜਣੇ ਆਉਂਦੇ ਹੀ ਆਉਂਦੇ ਸੀਗੇ, ਅਤੇ ਉਦੋਂ ਮੈਂ ਵਿਆਹ ਆ ਗਿਆ,
ਤੇ ਵਿਆਹ ਆ ਗਿਆ ਤੇ ਮੈਨੂੰ ਨਾ ਇੱਕ ਸੋਨੂ ਬਾਬਾ ਸੀਗਾ, ਸੋਨੂ ਆਪਣਾ ਵੀ ਸੀਗਾ, ਮੁੰਡਾ ਫਤਿਹਾਬਾਦ ਦਾ, ਹਰਿਆਣੇ ਦਾ ਸੀਗਾ। ਉਹ ਵੀਰ ਦੀ ਡੈਥ ਹੋ ਗਈ, ਉਹਨੂੰ ਅਟੈਕ ਹੋ ਗਿਆ ਦੁਬਈ 'ਚ। ਅਤੇ ਜਦੋਂ ਸੁੱਖੇ ਭਾਈ ਦੀ ਡੈਥ ਹੋਈ, ਜਦੋਂ ਗੋਲੀਆਂ ਚੱਲੀਆਂ ਗਈਆਂ, ਉਹ ਭਾਈ ਉਹਨੇ ਪਿੱਛੇ ਸੀਗੇ ਸੁੱਖੇ ਦੇ। ਨਹੀਂ ਮੈਂ ਨਹੀਂ ਸੀ, ਮੈਂ ਵਿਆਹ ਸੀਗਾ। ਹਾਂ ਮੈਂ ਵਿਆਹ ਸੀਗਾ। ਅਤੇ ਜਦੋਂ ਭਾਈ ਦੀ ਡੈਥ ਹੋਈ ਤਾਂ ਮੈਨੂੰ ਸੋਨੂ ਦਾ ਸਾਰਿਆਂ ਤੋਂ ਪਹਿਲਾਂ ਮੈਨੂੰ ਫੋਨ ਆਏਗਾ ਸੋਨੂ ਦਾ। ਹਾਂ ਕਹਿੰਦਾ ਗੁੱਪੀ ਬਾਦ, ਕਹਿੰਦਾ ਜਿੱਦਾਂ ਸੁੱਖੇ ਭਾਈ ਦੀ ਡੈਥ ਹੋ ਗਈ, ਗੋਲੀਆਂ ਮਾਰ ਕੇ ਇੱਦਾਂ ਇੱਦਾਂ। ਅਤੇ ਜਦੋਂ ਪਤਾ ਲੱਗਿਆ, ਯਕੀਨ ਕਿਵੇਂ ਕੀਤਾ ਕਿਉਂਕਿ ਤੁਸੀਂ ਕੁਝ ਸਮਾਂ ਪਹਿਲਾਂ ਸੁੱਖੇ ਨੂੰ ਮਿਲ ਕੇ ਆਏ ਸੀ ਅਤੇ ਅਚਾਨਕ ਤੁਹਾਨੂੰ ਫੋਨ ਆਉਂਦਾ ਕਿ ਸੁੱਖੇ ਦੀ ਡੈਥ ਹੋ ਗਈ? ਭਾਈ ਮੈਨੂੰ ਤਾਂ ਯਕੀਨ ਆਉਂਦਾ ਹੀ ਨਹੀਂ ਸੀਗਾ। ਰੱਬ ਵੀ ਰੋਂਦਾ ਸੀ ਜਦੋਂ ਮੀਂਹ ਬੜਾ ਪੈਂਦਾ ਸੀਗਾ, ਅਤੇ ਮੈਨੂੰ ਤਾਂ ਚੱਕਰ ਬੋਰਡ, ਮੈਂ ਤਾਂ ਗੱਡੀ 'ਚ ਲੰਮਾ ਪੈ ਗਿਆ, ਜਿੱਦਾਂ ਮੈਨੂੰ ਹੋਸ਼ ਜੀ ਨਹੀਂ ਗੀ, ਨਾਲ ਦਿਨ ਟੀਕੇ ਟੂਕੇ ਜਿਹੇ ਲਵਾਏ, ਅਤੇ ਫਿਰ ਮੈਂ ਸਾਰਿਆਂ ਨੂੰ ਫੋਨ ਫਾਨ ਘੁਮਾਏ, ਅਤੇ ਕਾਲਵਾਂ ਦਾ ਪਿੰਦਾ ਸਰਪੰਚ ਜੀ, ਉਹਨੂੰ ਵੀ ਮੈਂ ਹੀ ਫੋਨ ਕੀਤਾ ਸੀਗਾ, ਅਤੇ ਮੈਂ ਕਿਹਾ ਭਾਜੀ ਆਹ ਗੱਲ ਹੋ ਗਈ ਆ। ਅਤੇ ਫਿਰ ਸਾਰੇ ਉੱਥੇ ਪਹੁੰਚੇ, ਅਤੇ ਉਦੋਂ ਜਦੋਂ ਤੱਕ ਪਹੁੰਚੇ ਸੀ ਅਤੇ ਭਾਈ ਦੀ ਡੈੱਡ ਬੋਡੀ ਹੋਸਪਿਟਲ ਲੈ ਕੇ ਗਏ ਫਗਵਾੜੇ। ਪਤਾ ਕਿਵੇਂ ਲੱਗਾ ਕਿ ਜਿਹੜਾ ਸੁੱਖੇ ਕਾਲੂ ਨੂੰ ਜਿਹੜਾ ਹੈਗਾ ਵਿੱਕੀ ਗੌਂਡਰ ਤਾਂ ਜਾਂ ਉਹਦੇ ਸਾਥੀਆਂ ਨੇ ਮਾਰਿਆ, ਜਾਨੀ ਕਿ ਵਿੱਕੀ ਗੌਂਡਰ ਉਹਦੇ ਸਾਥੀਆਂ ਨੇ ਮਾਰਿਆ, ਪਤਾ ਕਿਵੇਂ ਲੱਗਾ ਕਿ ਸੁੱਖਾ ਕਾਲੂ ਨੂੰ? ਭਾਅ ਜੀ ਉੱਥੇ ਜਦੋਂ ਸੁੱਖੇ ਵੀਰ ਦੀ ਡੈਥ ਹੋਈਗੀ, ਉੱਥੇ ਦੱਸਦੇ ਸੀ ਸਾਰੇ, ਕਹਿੰਦੇ ਜਿਹੜਾ ਮਾਰ ਕੇ ਗਿਆ ਉਹ ਕਹਿੰਦਾ ਮੈਂ ਵਿੱਕੀ ਗੌਂਡਰ ਵਾਂ, ਅਤੇ ਵਿੱਕੀ ਗੌਂਡਰ ਹਾਂ ਮੈਂ, ਅਤੇ ਕਹਿੰਦਾ ਉਹਨੇ ਮਾਰਿਆ ਵਾ। ਭੰਗੜਾ ਵੀ ਪਾ ਕੇ? ਹਾਂ ਸੋਚਦੇ ਇੱਦਾਂ ਕਹਿੰਦੇ ਭੰਗੜਾ ਮੁੰਡਾ ਪਾ ਕੇ ਗਏ ਸੀਗੇ। ਅਤੇ ਲੋਕਾਂ ਦੇ ਵੱਲੋਂ ਬੜੀਆਂ ਜਿਹੜੀ ਪੋਸਟਾਂ ਪਾਈਆਂ ਗਈਆਂ, ਉਹ ਕਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਅਸੀਂ ਸੁੱਖੇ ਦਾ ਬਦਲਾ ਲਵਾਂਗੇ, ਇੱਦਾਂ ਕਰਾਂਗੇ, ਅਤੇ ਬੜੀਆਂ ਧਮਕੀਆਂ ਭਰੀਆਂ ਜਿਹੜੀਆਂ ਪੋਸਟਾਂ ਪਾਈਆਂ ਗਈਆਂ ਫੇਸਬੁੱਕ ਸੋਸ਼ਲ ਮੀਡੀਆ 'ਤੇ? ਭਾਅ ਜੀ ਇਹ ਤਾਂ ਕੀ ਕਹਿੰਦੇ ਹੁੰਦੇ, ਕੱਲ੍ਹ ਦੇ ਜਵਾਕ ਹੀ ਹੁੰਦੇ ਜਿਹੜੇ ਆਉਂਦੇ ਆ, ਠੀਕ ਆ ਨਾ, ਅਤੇ ਬਦਲਾ ਕਿੰਨੇ ਤੁਹਾਨੂੰ ਪਤਾ ਹੀ ਆ, ਬਦਲਾ ਕਿੰਨੇ ਕੀ ਲੈ ਲਿਆ ਕੀ ਨਹੀਂ ਲੈ ਲਿਆ, ਠੀਕ ਆ ਨਾ। ਲੋਕ ਗੱਲਾਂ ਯਾਰੀਆਂ ਕਰਦੇ ਆ, ਕਰਦੇ ਕੁਛ ਵੀ ਨਹੀਂ ਗੇ, ਠੀਕ ਆ। ਮੈਨੂੰ ਵੀ ਕਹਿੰਦੇ ਗੁੱਪੀ ਤੇਰਾ ਜ਼ਿਆਦਾ ਪਿਆਰ ਸੀਗਾ ਅਤੇ ਤੂੰ ਵੀ ਨਹੀਂ ਕੀਤਾ ਕੁਛ ਨਾ, ਅਤੇ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਜੋ ਫਰਜ਼ੀ ਸ਼ੁਰੂ ਤੋਂ ਲੈ ਕੇ, ਕੋਈ ਕਹਿ ਦੇਵੇ ਹਾਂ ਗੁੱਪੀ ਨੇ ਯਾਰੀ ਨਹੀਂ ਨਿਭਾਈ, ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਸੁੱਖੇ ਭਾਈ ਨਾਲ ਯਾਰੀ ਨਿਭਾਈ ਆ, ਅਤੇ ਆਪਾਂ ਗਵਾਈਆਂ ਦਿੱਤੀਆਂ, ਠੋਕ ਕੇ ਦਿੱਤੀਆਂ। ਮੈਨੂੰ 80 ਲੱਖ ਰੁਪਈਆ ਦਿੰਦੇ ਸੀ ਭਾਈ ਜੀ, 80 ਲੱਖ। 80 ਲੱਖ ਰੁਪਈਆ ਦੀ ਕਿਹਨੇ ਔਫਰ ਕੀਤੀ ਸੀ ਭਾਈ? 80 ਲੱਖ ਵਿੱਕੀ ਨੇ ਕੀਤੀ ਸੀਗੀ ਅਤੇ ਗੁੰਡ ਨੇ ਕੀਤੀ, ਦੋਨਾਂ ਨੇ ਕੀਤੀ ਸੀਗੀ। ਉਹਨੇ ਆਪ ਅਪਰੋਚ ਕੀਤੀ ਜਾਂ ਕਿਸੇ ਦੇ ਥਰੂ? ਉਹਨਾਂ ਨੇ ਆਪ ਹੀ ਮੈਨੂੰ ਫੋਨ ਕਰਦੇ ਸੀਗੇ, ਅਤੇ ਇੱਕ ਬੰਦੇ ਆ ਚੋਂ ਫੋਨ ਕਰਦੇ ਸੀ? ਨਹੀਂ ਉਦੋਂ ਭੂਗੋੜੇ ਸੀਗੇ ਭਾਈ ਜੀ। ਹਾਂਜੀ ਉਦੋਂ ਡਰ ਨਹੀਂ ਲੱਗਿਆ ਕਿ ਜਿਹੜੇ ਤੁਹਾਡੇ ਜਿਹੜੇ ਵੱਡੇ ਭਰਾ ਨੇ ਸੁੱਖਾ ਕਾਲੂ ਆ ਜੀ, ਉਹਨਾਂ ਨੂੰ ਵਿੱਕੀ ਗੌਂਡਰ ਮਾਰ ਸਕਦਾ ਤਾਂ ਮੈਨੂੰ ਧਮਕੀਆਂ ਦੇ ਰਿਹਾ, ਤੁਹਾਨੂੰ ਡਰ ਨਹੀਂ ਲੱਗਿਆ? ਭਾਜੀ ਆਪਾਂ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਆਪਾਂ ਵਾਹਿਗੁਰੂ ਤੋਂ ਹੀ ਡਰਦੇ ਹਾਂ, ਆਪਾਂ ਹੋਰ ਕਿਸੇ ਤੋਂ ਨਹੀਂ ਡਰਦੇ। ਮਰਨਾ ਤਾਂ ਹਰ ਇੱਕ ਨੇ ਹੈਗਾ ਵਾ, ਅਤੇ ਜਿਹੜਾ ਬੰਦਾ ਦਿਲ ਦਾ ਸਾਫ਼ ਹੁੰਦਾ ਭਾਜੀ, ਅਤੇ ਉਹਦਾ ਤਾਂ ਹਮੇਸ਼ਾ ਵਾਹਿਗੁਰੂ ਹੀ ਸਾਥ ਦਿੰਦਾ। ਆਪਾਂ ਵਾਹਿਗੁਰੂ ਦੇ ਪਾਣੀ 'ਚ ਆਪਾਂ ਸਾਰਾ ਕੁਝ ਕਰਨ ਡੇਗੇ। 80 ਲੱਖ ਰੁਪਈਆ ਆਉਣਾ ਕਿੱਥੋਂ ਸੀ ਵਿੱਕੀ ਗੌਂਡਰ ਹੋਣਾ, ਤਾਂ ਤੁਹਾਨੂੰ ਕੀ ਲੱਗਦਾ? ਬਾਈ ਹੁਣ ਤੁਹਾਨੂੰ ਪਤਾ ਹੀ ਆ, ਲੁੱਟਾਂ ਖੋਹਾਂ ਬੈਂਕਾਂ ਸਾਰਾ ਕੁਝ ਕਰਦੇ ਹੀ ਆ, ਸਾਰੇ ਲੋਕ ਕਰਦੇ ਹੀ ਆ, ਅਤੇ ਇਹ ਇਹਨਾਂ ਤੋਂ ਪੈਸੇ ਬੈਂਕਾਂ ਬੁਲਦਾਂ ਡਕੈਤੀਆਂ ਡਕੁਤੀਆਂ ਕਰਦੇ, ਤਾਂ ਹੀ ਇਹਨਾਂ ਤੋਂ ਪੈਸਾ ਆਉਂਦਾ ਵਾ। ਕੋਈ ਪੋਲੀਟੀਕਲ ਸਪੋਰਟਸ ਵੀ ਸੀ ਇਹਨਾਂ? ਨਹੀਂ ਭਾਅ ਜੀ ਇੰਨਾ ਤਾਂ ਆਪਾਂ ਨੂੰ ਨਹੀਂ ਪਤਾ। ਕਹਿੰਦੇ ਸੁੱਖਾ ਨੂੰ ਵੀ ਕਈ ਪੋਲੀਟੀਕਲ ਬੰਦਿਆਂ ਦੀ ਸਪੋਰਟ ਰਹੀ ਆ, ਜਦੋਂ ਸੁੱਖਾ ਗੈਂਗਸਟਰ ਬਣਿਆ, ਕਈ ਲੋਕਾਂ ਦਾ ਇਲਜ਼ਾਮ ਵੀ ਹੈ ਕਿ ਸੁੱਖੇ ਨੂੰ ਗੈਂਗਸਟਰ ਬਣਾਉਣ ਵਾਲੇ ਪੋਲੀਟੀਕਲ ਲੋਕ ਨੇ। ਸੁੱਖੇ ਨੂੰ ਭਾਅ ਜੀ, ਹਾਂਜੀ ਕਾਂਗਰਸ ਦੇ ਸੀਗੇ ਲੀਡਰ ਜਲੰਧਰ ਤੋਂ, ਪਰ ਉਹਦਾ ਨਾਂ ਨਹੀਂ ਲੈਣਾ, ਉਹ ਵੀ ਕਹਿੰਦਾ ਸੀਗਾ ਬਾਅਦ 'ਚੋਂ ਐਂਡ 'ਤੇ ਸੁੱਖੇ ਨੇ, ਮੈਨੂੰ ਪਤਾ ਸੁੱਖੇ ਨੇ ਬਹੁਤ ਰੈਲੀਆਂ ਉਹ ਬੰਦੇ ਦੀਆਂ ਭਗਤਾਈਆਂ, ਬੜੀਆਂ ਵੋਟਾਂ ਪਵਾਈਆਂ, ਬਹੁਤ ਸਪੋਰਟ ਕੀਤੀ ਮੇਰੇ ਹਿਸਾਬ ਨਾਲ, ਸ਼ਾਇਦ ਸੁੱਖੇ ਭਾਈ ਦੇ ਵਿਆਹ 'ਚ ਵੀ ਆਇਆ ਸੀ ਬੰਦਾ ਉਹ ਕਾਂਗਰਸ ਲੀਡਰ ਜਿਹੜਾ ਸੀ। ਹਾਂਜੀ ਹਾਂਜੀ ਅਤੇ ਬਾਅਦ 'ਚੋਂ ਹਾਂ ਮੈਨੂੰ, ਮੈਂ ਰਿਕੋਰਡਿੰਗ ਸੁਣੀ ਸੀਗੀ, ਕਹਿੰਦਾ ਮੈਂ ਸੁੱਖੇ ਨੂੰ ਜਾਣਦਾ ਤੱਕ ਨਹੀਂ ਹੈਗਾ। ਹਾਂਜੀ ਤਾਂ ਉਹ ਕਹਿੰਦੇ ਸਪੋਰਟ ਉਲਟ ਕਰਨ ਲੱਗ ਗਏ ਸੁੱਖੇ ਦੇ? ਹਾਂਜੀ ਭਾਅ ਜੀ ਜਿਹੜੇ ਸੁੱਖੇ ਦੇ ਐਂਟੀ ਹੋ ਗਏ ਸੀ ਜਿਹੜੇ, ਅਤੇ ਐਂਟੀ ਗਏ ਅਤੇ ਸੁੱਖਾ ਫਿਰ ਉਹ ਉਹਨਾਂ ਨਾਲ ਰੱਖਣ ਲੱਗ ਪਿਆ ਸੀਗਾ। ਹੁਣ ਸੁੱਖਾ ਕਾਲੋਂ ਦੇ ਕੇਸ ਦੇ ਵਿੱਚ ਕੀ ਬਣਿਆ? ਅਤੇ ਉਹ ਤਾਂ ਬਾਈ ਮੁਲਾਜ਼ਮ ਪੁਲਿਸ ਵਾਲੇ ਨੇ ਜੋ ਕਰਾਇਆ, ਪੁਲਿਸ ਵਾਲਿਆਂ ਨੇ ਕਰਾਇਆ, ਅਤੇ ਸੋਚ 'ਚ ਇਹੀ ਆਏਗਾ ਜਿਹੜੇ ਪਿਸਤੌਲ ਹੀ ਆ, ਜਿਹੜੇ ਪਿਸਤੌਲ ਨਾਲ ਮਾਰਿਆ, ਜਿੱਦਾਂ ਪਿਸਟਲ ਨਾਲ ਮਾਰਿਆ ਉਹਨਾਂ ਨੇ, ਅਤੇ ਕੋਰਟ 'ਚ ਉਹਨਾਂ ਨੇ ਰਿਵੋਲਵਰ ਪੇਸ਼ ਕਰਾ ਤਾ, ਅਤੇ ਜਿਹੜੀ ਗੱਡੀ 'ਚ ਫੜੇ ਸੀਗੇ ਉਹ ਗੱਡੀ ਨਹੀਂ ਪੇਸ਼ ਕਰਾਈ, ਜੱਜ ਕਹਿੰਦਾ ਉਹ ਗੱਡੀ ਲੈ ਕੇ ਉਹ ਵੀ ਨਹੀਂ ਪੇਸ਼ ਕਰਾਈ, ਜਿਹੜੀ ਗੱਡੀ ਸੁੱਖਾ ਭਾਜੀ ਮਾਰਿਆ ਸੀਗਾ ਜੱਜ ਕਹਿੰਦਾ ਉਹੀ ਦਿਖਾ ਦਿਉ, ਉਹਨਾਂ ਨੇ ਉਹੀ ਨਹੀਂ ਦਿਖਾਈ। ਸਰਕਾਰੀ ਗੱਡੀ ਜਾਂ ਜਿਹੜੇ ਵਿੱਕੀ ਗੌਂਡਰ ਹੋਣੀ ਜਿਹ 'ਚ ਆਏ ਸੀ? ਜਿਹ 'ਚ ਵਿੱਕੀ ਗੌਂਡਰ ਹੋਣੀ ਫੜੇ ਸੀਗੇ ਉਹ ਵੀ ਨਹੀਂ ਦਿਖਾਈ, ਸ਼ੋਅ ਨਹੀਂ ਕਰਾਈ ਇਹਨਾਂ ਨੇ, ਅਤੇ ਜਿਹੜੇ ਪਿਸਟਲ ਨਾਲ ਮਾਰਿਆ ਸੀਗਾ ਉਹ ਪਿਸਟਲ ਉਹਨਾਂ ਨੇ, ਇਹਨਾਂ ਨੇ ਰਿਵੋਲਵਰ ਪੇਸ਼ ਕਰਾ ਤਾ ਉੱਥੇ। ਹਾਂਜੀ
ਤਾਂ ਸੁੱਖਾ ਕੱਲ੍ਹ ਨੂੰ ਦੀ ਮੌਤ ਲਈ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ? ਕਿਉਂਕਿ ਪੋਲੀਟੀਕਲ ਬੰਦਿਆਂ ਨੂੰ ਮੰਨਦੇ ਹੋ, ਕਿਉਂਕਿ ਜੇਕਰ ਪੋਲੀਟੀਕਲ ਬੰਦਿਆਂ ਨੂੰ ਸਪੋਰਟ ਨਾ ਹੁੰਦੀ ਤਾਂ ਉਹ ਸ਼ਾਇਦ ਇਸ ਰਸਤੇ 'ਤੇ ਨਾ ਆਉਂਦਾ, ਤਾਂ ਦੂਜਾ ਪੁਲਿਸ ਪ੍ਰਸ਼ਾਸਨ ਨੂੰ ਵੀ, ਕਿਉਂਕਿ ਜੇ ਸਹੀ ਤਰੀਕੇ ਨਾਲ ਸੁੱਖੇ ਦੀ ਗੱਲ 'ਤੇ ਗੌਰ ਕੀਤਾ ਹੁੰਦਾ, ਜਿਸ ਤਰੀਕੇ ਦੇ ਨਾਲ ਸੁੱਖਾ ਕਹਿ ਰਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ, ਜਿਸ ਤਰੀਕੇ ਦੇ ਨਾਲ ਉਹਨੇ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਐਪਲੀਕੇਸ਼ਨ ਵੀ ਦਿੱਤੀ ਸੀ, ਜੇ ਉਹਦੀ ਗੱਲ 'ਤੇ ਗੌਰ ਕੀਤਾ ਹੁੰਦਾ ਤਾਂ ਤੁਹਾਨੂੰ ਲੱਗਦਾ ਕਿ ਸ਼ਾਇਦ ਉਹ ਬਚ ਸਕਦਾ ਸੀ? ਅਤੇ ਇਹਦੀ ਮੌਤ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਭਾਜੀ ਹੁਣ ਤਾਂ ਮੌਤ ਨੂੰ ਜ਼ਿੰਮੇਵਾਰ ਤਾਂ ਜੇ ਫਿਰ ਕਿਹਾ ਜਾਵੇ ਤਾਂ ਜਿਹੜੀ ਗੱਡੀ 'ਚ ਸੀ ਸੁੱਖਾ ਭਾਜੀ, ਅਤੇ ਨਾਲ ਮੁਲਾਜ਼ਮ ਹੀ, ਫਿਰ ਮੁਲਾਜ਼ਮਾਂ ਦੇ ਕਰਾਂਗੇ ਆਪਾਂ, ਹੈ ਨਾ? ਅਤੇ ਜੇ ਮੁਲਾਜ਼ਮ ਸਹੀ ਹੁੰਦੇ ਤਾਂ ਸ਼ਾਇਦ ਸੁੱਖਾ ਭਾਜੀ ਇਸ ਟਾਈਮ ਆਪਣੇ ਵਿੱਚ ਹੀ ਹੁੰਦਾ, ਨਾਲ ਹੁੰਦਾ, ਠੀਕ ਆ? ਹੁਣ ਤੱਕ ਸੁੱਖਾ ਭਾਈ ਸ਼ਾਇਦ ਆਪਣੇ ਨਾਲ ਹੀ ਹੁੰਦਾ, ਉਹਨੇ ਉਦੋਂ ਤਾਂ ਹੁਣ ਤੱਕ ਤਾਂ ਬਾਹਰ ਆ ਜਾਣਾ ਸੀ ਭਾਈ ਨੇ। ਗੋਪੀ ਤੁਸੀਂ ਵੀ ਸੁੱਖੇ ਦੇ ਨਾਲ ਰਹੇ ਹੋ, ਚੰਗੇ ਮਾੜੇ ਕੰਮਾਂ ਦੇ ਵਿੱਚ ਸਾਥ ਵੀ ਰਿਹਾ, ਸੁੱਖਾ ਨੇ ਵੀ ਬੜੇ ਹੈ ਨਾ ਕੇਸ ਪਾਏ ਨੇ ਉਹਨਾਂ ਦੇ ਉੱਪਰ, ਜਿਵੇਂ ਤੁਸੀਂ ਦੱਸਿਆ ਕਿ 48 ਕੇਸ ਸੀ। ਤੁਸੀਂ ਕਿਵੇਂ ਦੇਖਦੇ ਹੋ ਕਿ ਨਵੀਂ ਜਿਹੜੀ ਪੀੜ੍ਹੀ ਆ ਇਹਨਾਂ ਲੋਕਾਂ ਤੋਂ ਕਾਫੀ ਪ੍ਰਭਾਵਿਤ ਹੁੰਦੀ ਆ, ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੰਮ ਦੇ ਵਿੱਚ ਕੀ ਕੁਝ ਰੱਖਿਆ? ਭਾਈ ਇਹਦੇ ਵਿੱਚ ਤਾਂ ਕੁਛ ਨਹੀਂ ਰੱਖਿਆ, ਐਂਡ ਮਾੜਾ ਵਾ, ਐਂਡ ਮਾੜਾ ਵਾ। ਅਤੇ ਬਾਕੀ ਮਾਂ ਪੇ ਜਿਹੜੇ ਆ, ਮਾਂ ਇਹਨਾਂ 'ਚ ਤਾਂ ਮਾਂ ਪੇ ਦੁਖੀ ਹੁੰਦੇ ਆ, ਐਂਡ 'ਤੇ ਭਾਈ ਕੋਈ ਯਾਰ ਵੀ ਨਹੀਂ ਪਿੱਛੇ ਆਉਂਦਾ ਸੁੱਖਾ ਭਾਜੀ, ਠੀਕ। ਅਤੇ ਐਂਡ 'ਤੇ ਸੁੱਖੇ ਭਾਜੀ ਦੇ ਵੀ ਮਾਂ ਪੇ, ਐਂਡ 'ਤੇ ਸੁੱਖੇ ਭਾਜੀ ਦੇ ਮੰਮਾ ਪਾਪਾ ਵੀ, ਉਹਨਾਂ ਦੇ ਹੀ ਕੰਮ ਆਏ ਆ, ਹੋਰ ਕੋਈ ਯਾਰ ਦੋਸਤ ਵੀ ਨਹੀਂ ਆਇਆ। ਇਸ ਟਾਈਮ ਆ ਸੁੱਖੇ ਭਾਜੀ ਦੀ ਡੈਥ ਹੋਈ ਗਈ, ਜਦੋਂ ਉਹ ਤੋਂ ਬਾਅਦ ਉਹ ਕਹਿੰਦਾ ਸੁੱਖੇ ਦਾ ਮੈਂ ਯਾਰ ਹੀ ਰਿਹਾ, ਉਹ ਕਹਿੰਦਾ ਮੈਂ ਸੁੱਖੇ ਨਾ ਰਿਹਾ, ਉਹ ਕਹਿੰਦਾ ਮੈਂ ਸੁੱਖੇ ਨਾ ਰਿਹਾ। ਭਾਈ ਜਦੋਂ ਸੁੱਖੇ ਨੂੰ ਲੋੜ ਸੀਗੀ ਉਦੋਂ ਤੁਸੀਂ ਕਿੱਥੇ ਗਏ ਸੀਗੇ? ਉਦੋਂ ਤੁਸੀਂ ਸੁੱਖੇ ਭਾਈ ਦਾ ਤਾਂ ਕੀ ਕਹਿੰਦੇ ਫੋਨ ਤੱਕ ਨਹੀਂ ਸੁੱਖੇ ਭਾਈ ਨੂੰ ਕੀਤਾ, ਠੀਕ ਆ ਨਾ? ਅਤੇ ਜਦੋਂ ਸੁੱਖੇ ਭਾਈ ਨੂੰ ਲੋੜ ਸੀਗੀ ਉਦੋਂ ਕਿਸੇ ਨੇ ਫੋਨ ਨਹੀਂ ਚੱਕਿਆ, ਠੀਕ ਆ ਨਾ? ਅਤੇ ਜੋ ਸੁੱਖੇ ਭਾਈ ਦੀ ਡੈਥ ਹੋ ਗਈ ਅਤੇ ਹੁਣ ਫਿਲਮ ਆਉਣ ਲੱਗੀ ਆ, ਹੁਣ ਸਾਰੇ ਕਹਿੰਦੇ ਸਾਡਾ ਸੁੱਖੇ ਨਾਲ ਬੜਾ ਪਿਆਰ ਸੀਗਾ ਸਾਡੇ ਨਾਲ, ਇੱਦਾਂ ਇੱਦਾਂ। ਪਰ ਭਾਈ ਦੁਨੀਆ ਜਾਣਦੀ ਆ ਅਤੇ ਵਾਹਿਗੁਰੂ ਵੀ ਜਾਣਦਾ ਸੱਚੇ ਪਾਤਸ਼ਾਹ, ਚੱਲ ਸੁੱਖੇ ਨਾਲ ਆਪਣਾ ਕਿੰਨਾ ਪਿਆਰ ਸੀਗਾ, ਠੀਕ ਆ ਨਾ? ਅਤੇ ਆਪਣਾ ਕਿੰਨਾ ਪਿਆਰ ਸੀ ਸੁੱਖੇ ਨਾਲ, ਅਤੇ ਜਾਂ ਮੈਨੂੰ ਪਤਾ ਹੀ ਕੀ ਸੁੱਖਾ, ਅਤੇ ਆਪਾਂ ਵੀ ਯਾਰੀ ਵੀ ਆਪਾਂ ਨਿਭਾਈ ਆ, ਗਵਾਹੀਆਂ ਆਪਾਂ ਠੋ ਕੇ ਦਿੱਤੀਆਂ, ਆਪਾਂ ਮੌਤ ਦੀ ਪਰਵਾਹ ਹੀ ਨਹੀਂ ਕੀਤੀ, ਕਿਉਂ ਆਪਾਂ ਵਾਹਿਗੁਰੂ ਨੂੰ ਮੰਨਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਠੀਕ ਆ? ਅਤੇ ਬਾਕੀ ਲੋਕ ਤਾਂ ਬਥੇਰਾ ਕਹਿੰਦੇ ਸੀ ਬਦਲਾ ਲੈ ਲਾਂਗੇ, ਐਂ ਕਰ ਲਾਂਗੇ, ਜਿਉਂ ਕਰ ਲਾਂਗੇ। ਚਲੋ ਹੁਣ ਵੀ ਸੁਣਨ 'ਚ ਮਿਲਦਾ ਕਹਿੰਦੇ ਕਿ ਸੁੱਖਾ ਜਿਹੜਾ ਕਾਲੂਆਂ ਦਾ ਗੈਂਗ ਆ ਉਹ ਹਾਲੇ ਵੀ ਚੱਲ ਰਿਹਾ ਅਤੇ ਗੋਪੀ ਨਜ਼ਰ ਚਲਾ ਰਿਹਾ। ਪਰ ਚਲਾਉਣ ਚਲਾਉਣਾ ਤਾਂ ਇੱਦਾਂ ਹੀ ਆ, ਅਤੇ ਬਾਕੀ ਭਰਾ ਜਿਹੜੇ ਸਾਰੇ ਆ ਵਧੀਆ ਖੜ੍ਹਦੇ ਆ, ਸਪੋਰਟ ਕਰਦੇ ਆ। ਅਤੇ ਬਾਕੀ ਜਦੋਂ ਸੁੱਖੇ ਭਾਈ ਦੀ ਡੈਥ ਹੋਈਗੀ ਉਹ ਤੋਂ ਬਾਅਦ ਭਾਈ ਮੈਂ ਯਕੀਨ ਲੋਕਾਂ ਦਾ ਘੱਟ ਕਰਨ ਲੱਗ ਪਿਆ, ਲੱਕ ਜਿਹਾ ਟੁੱਟ ਗਿਆ ਸੀ ਸੁੱਖੇ ਭਾਈ ਦੀ ਮੌਤ ਤੋਂ ਬਾਅਦ, ਅਤੇ ਬਾਅਦ 'ਚ ਯਕੀਨ ਜਿਹਾ ਨਹੀਂ ਰਿਹਾ ਫਿਰ ਗਏ ਅਤੇ। ਹਾਂਜੀ, ਅਤੇ ਜਿਹੜੇ ਨਾਲ ਖਾਸ ਭਰਾ ਖੜ੍ਹਦੇ ਅੱਜ ਵੀ ਖੜ੍ਹਦੇ ਆ, ਫੋਨ ਆਉਂਦੇ ਆ, ਅਤੇ ਅੱਜ ਵੀ ਇਹੀ ਕਹਿੰਦੇ ਆ, ਜੇਲ੍ਹ 'ਚੋਂ ਵੀ ਕਈ ਇੱਕ ਦੋ ਭਰਾਵਾਂ ਦੇ ਫੋਨ ਆਉਂਦੇ ਆ, ਕਹਿੰਦੇ ਗੋਪੀ ਪਾ ਜੋ ਤੂੰ ਕਰ ਗਿਆ ਕਹਿੰਦੇ ਅਸੀਂ ਤਾਂ ਤੇਰਾ ਵੀ ਨਹੀਂ ਦੇਣ ਦੇ ਸਕਦੇ, ਜੋ ਕਹਿੰਦੇ ਯਾਰੀ ਆ, ਕਹਿੰਦੇ ਯਾਰੀ ਹੀ ਤੂੰ ਨਿਭਾਈ ਆ ਸੁੱਖੀ ਦੀ, ਸੁੱਖੀ ਨਾਲ ਯਾਰੀ ਹੀ, ਕਹਿੰਦੇ ਯਾਰੀ ਹੀ ਤੂੰ ਨਿਭਾਈ ਆ। ਅਤੇ ਲੋਕ ਕਹਿੰਦੇ ਕਿ ਸੁੱਖੇ ਗੋਪੀ ਸੁੱਖੇ ਦੇ ਪੈਸੇ ਖਾ ਗਿਆ, ਸੁੱਖੇ ਦੇ ਪੈਸਿਆਂ ਦੀ ਗੱਡੀ ਲੈ ਲਈ ਆ, ਅਤੇ ਉਹ ਤਾਂ ਚੱਲ ਸੁੱਖੇ ਦੇ ਮੰਮਾ ਨੂੰ ਪਤਾ, ਮੰਮਾ ਨੂੰ ਵੀ ਪਤਾ ਵਾ, ਸੁੱਖੇ ਦੀ ਮੰਮਾ ਹੀ ਪੈਸੇ ਭੇਜ ਦੇ ਗਏ, ਮਾਤਾ ਹੀ ਭੇਜ ਦੇ ਭਾਈ ਜੀ ਦੇ, ਅਤੇ ਉਹਨਾਂ ਨੂੰ ਵੀ ਪਤਾ ਵਾ, ਉਹ ਇੱਕ ਵਾਰੀ ਕਹਿ ਦੇਣ ਹਾਂ ਵੀ ਗੋਪੀ ਨੇ ਪੈਸੇ ਖਾਧੇ ਸੀਗੇ। ਜਦੋਂ ਸੁੱਖੇ ਭਾਈ ਦੇ ਅਸਤ ਪਾਉਣ ਗਏ ਸੀਗੇ, ਮੈਂ ਗਿਆ ਸੀਗਾ, ਸੁੱਖੇ ਭਾਈ ਦੀ ਮੰਮੀ ਗਏ ਸੀਗੇ, ਮਾਮੀ, ਮਾਮਾ, ਭੈਣ ਇਹ ਸਾਰੇ ਗਏ ਸੀਗੇ, ਅਤੇ ਉਦੋਂ ਸੁੱਖੇ ਭਾਈ ਦਾ ਮੇਰੇ ਕੋਲ ਪੈਸੇ ਉਹਦਾ ਤਾਂ ਮੇਰੇ ਤੋਂ ਹੀ ਹੁੰਦੇ ਗਏ, ਅਤੇ ਸੁੱਖੇ ਭਾਈ ਤਾਂ ਉੱਦਾਂ ਹੀ ਪਏ ਗਏ, ਉੱਦਾਂ 75,000 ਰੁਪਇਆ ਸੀਗਾ ਸੁੱਖੇ ਭਾਈ ਦਾ ਪਿਆ ਮੇਰੇ ਤੋਂ। ਇੱਦਾਂ ਚੱਕ ਕੇ ਮੈਂ ਸੁੱਖੇ ਭਾਈ ਦੀ ਮੰਮਾ ਦੇ ਹੱਥ ਰੱਖਤਾ, ਕਹਿੰਦੀ ਸ਼ੱਪੋ ਤਾਂ ਤਿੱਤੋਂ ਪਏ ਸੀਗੇ, ਮੈਂ ਕਿਹਾ ਹਾਂਜੀ ਮੇਰੇ ਤੋਂ ਹੀ ਗਏ। ਅਤੇ ਬਾਕੀ ਜੋ ਜੋ ਮੈਂ ਲਿਆ ਲੈਣ ਦੇਣ ਹੋਇਆ ਸਾਰਾ ਕੁਛ। ਲੋਕਾਂ ਨੂੰ ਕਹਿਣ ਦੇ ਵਿੱਚ ਬੜਾ ਆਉਂਦਾ ਕਿ ਸੁੱਖੇ ਜੀ ਕੋਲ ਬੜੀ ਜਾਇਦਾਦ ਸੀ, ਸੁੱਖੇ ਨੇ ਬਹੁਤ ਪੈਸਾ ਬਣਾਇਆ। ਭਾਈ ਪੈਸਾ ਤਾਂ ਕਿੱਥੋਂ, ਜੇ ਪੈਸਾ ਬਣਾਇਆ ਹੁੰਦਾ ਤਾਂ ਫਿਰ ਉਹਦੀ ਮੰਮੀ ਡੈਡੀ ਕਾਹਤੋਂ ਭੇਜਦੇ ਉਹਨੂੰ, ਠੀਕ ਆ ਨਾ? ਅਤੇ ਜਦੋਂ ਸੁੱਖਾ ਭਾਈ ਜੀਂਦਾ ਸੀਗਾ ਉਦੋਂ ਕਾਹਤੋਂ ਲੋਕ ਚੁੱਪ ਸੀਗੇ, ਠੀਕ ਆ? ਹਾਂ ਵੀ ਗੋਪੀ ਕੋਲ ਪੈਸੇ ਆ, ਉਦੋਂ ਸਾਰੇ ਚੁੱਪ ਸੀਗੇ। ਜਦੋਂ ਸੁੱਖੇ ਭਾਈ ਦੀ ਡੈਥ ਹੋ ਗਈ ਬਾਅਦ 'ਚ ਕਹਿਣ ਲੱਗ ਪਏ ਹਾਂ ਵੀ ਗੋਪੀ ਪੈਸਾ ਖਾ ਗਿਆ ਸੁੱਖੇ ਦਾ। ਇੱਦਾਂ ਸੁੱਖੇ ਦੀ ਮੰਮੀ ਇੱਕ ਵਾਰੀ ਸੁੱਖੇ ਭਾਈ ਦੀ ਮੰਮਾ ਕਹਿ ਦੇਣਾ ਇੱਕ ਵਾਰੀ ਹਾਂ ਵੀ ਗੋਪੀ ਕੋਲ ਪੈਸੇ ਆ, ਇੰਨੇ ਖਾਧੇ ਆ, ਉਹ ਫਿਰ ਆਪਾਂ ਇੱਕ ਵਾਰੀ ਉਹ ਕਰ ਦੇਣਾ ਅਤੇ ਫਿਰ ਆਪਾਂ ਉਹ ਗੱਲ ਦੇ ਆਪਾਂ ਹੀ ਜ਼ਿੰਮੇਵਾਰ ਹੋਵਾਂਗੇ। ਅਪਰਾਧ ਦੀ ਦੁਨੀਆ ਦੇ ਵਿੱਚ ਸੁੱਖੇ ਕਾਲ ਉਹਦਾ ਬੜਾ ਵੱਡਾ ਨਾਮ ਸੀ, ਫਿਰ ਵੀ ਉਹਦਾ ਐਂਡ ਮੌਤ ਹੋ ਗਿਆ, ਬੇਸ਼ੱਕ ਡਰ ਦਾ ਦੂਜਾ ਨਾਂ ਕਿਹਾ ਜਾਂਦਾ ਸੀ ਸੁੱਖਾ ਕਾਲੂ। ਅਤੇ ਸੁੱਖਾ ਕਾਲੂਆਂ ਦੀ ਮੌਤ ਤੋਂ ਬਾਅਦ, ਇੰਨਾ ਨਾਮ ਕਮਾਉਣ ਤੋਂ ਬਾਅਦ ਵੀ ਮੌਤ ਹੋਣ ਤੋਂ ਬਾਅਦ, ਗੋਪੀ ਨਿੱਜਰ ਨੇ ਕੀ ਸਿੱਖਿਆ, ਕੀ ਸਿੱਖਿਆ ਲਈ ਕਿ ਇਸ ਕੰਮ ਦਾ ਨਤੀਜਾ? ਭਾਅ ਜੀ ਕੰਮ ਦਾ ਨਤੀਜਾ ਇਹੀ ਸਿੱਖਿਆ ਵਾ,
ਜਿਹੜੇ ਨਾਲ ਦੇ ਆ ਬਾਲੇ ਭੂਏ ਨਾ ਚੜਾਓ, ਯਾਰ ਦੋਸਤ ਆ ਜਿਹੜੇ ਜਿੱਥੇ ਹੈਗੇ ਉੱਥੇ ਹੀ ਰੱਖੋ, ਠੀਕ ਆ, ਅਤੇ ਜਿੰਨੀ ਯਾਰੀ ਉੱਨੀ ਨਿਭਾਓ, ਅਤੇ ਬਾਕੀ ਐਂਡ ਮਾੜਾ ਵਾ, ਠੀਕ ਆ, ਜਿਹੜਾ ਕਰਦਾ ਉਨ ਉਹਦਾ ਕਰੋ, ਜਿਹੜਾ ਨਹੀਂ ਕਰਦਾ ਤੂੰ ਫਿਰ ਤੁਹਾਨੂੰ ਪਤਾ ਹੀ ਹੈ ਨਹੀਂ ਸਹੀ ਆ। ਸੁੱਕੇ ਦੀ ਜਿਹੜੀ ਫਿਲਮ ਆ ਰਹੀ ਹੈ ਬੇਸ਼ੱਕ ਵਿਵਾਦਾਂ ਦੇ ਵਿੱਚ ਹੈ, ਅਤੇ ਤੁਸੀਂ ਇਸ ਫਿਲਮ ਦੇ ਕਿੰਨਾ ਹੱਕ ਦੇ ਵਿੱਚ ਹੋ ਜਾਂ ਵਿਰੋਧ 'ਚ? ਭਾਈ ਸਾਡੇ ਭਰਾ ਦੀ ਫਿਲਮ ਆ ਰਹੀ ਹੈ ਨਾ, ਅਸੀਂ ਤਾਂ ਹੱਕ 'ਚ ਹੀ ਹੋਵਾਂਗੇ, ਅਤੇ ਫਿਲਮ 'ਚ ਇਹੀ ਆ ਜੋ ਫਿਲਮ 'ਚ ਦਿਖਾਇਆ ਗਿਆ ਵਾ, ਅਤੇ ਲੋਕ ਵੀ ਵੇਖਣ, ਹਾਂ ਅਤੇ ਸੁੱਖਾ ਭਰਾ ਕੀ ਸੀਗਾ, ਅਤੇ ਲੋਕ ਇਹ ਦੇਖਣ, ਹਾਂ ਯਾਰੀ ਜਿਹੜੀ ਯਾਰੀ ਆ ਸੁੱਖੇ ਭਾਈ ਦੇ ਅੰਦਰ ਫਿਲਮ ਦੇ ਅੰਦਰ ਯਾਰੀ ਆਈ ਆ, ਜੋ ਵੀ ਯਾਰੀਆਂ ਨਿਭਾਈਆਂ ਸੁੱਖੇ ਨੇ ਨਾ, ਅਤੇ ਲੋਕ ਵੇਖਣ, ਹਾਂ ਕੌਣ ਯਾਰ ਮਾਰ ਕਰਦਾ ਵਾ, ਅਤੇ ਕਿਹੜਾ ਹੱਕ 'ਚ ਆ, ਕਿੱਦਾਂ ਰਹਿਣਾ ਕਿੱਦਾਂ ਨਹੀਂ ਰਹਿਣਾ। ਤੁਹਾਡਾ ਵੀ ਰੋਲ ਆਇਆ ਫਿਲਮ ਦੇ ਵਿੱਚ? ਨਹੀਂ ਭਾਈ, ਆਪਣਾ ਨਹੀਂ ਆਇਆ ਰੋਲ। ਨਹੀਂ, ਜਿਸ ਤਰੀਕੇ ਦੇ ਨਾਲ ਤੁਸੀਂ ਨਾਲ ਰਹੇ ਹੋ, ਕਿਸੇ ਨਾ ਕਿਸੇ ਨੇ ਤਾਂ ਤੁਹਾਡਾ ਰੋਲ ਨਿਭਾਇਆ ਹੋਣਾ। ਭਾਅ ਜੀ ਉਹ ਜਿੱਦਾਂ ਭਰਾ ਕਹਿ ਰਹੇ ਜਿਨ੍ਹਾਂ ਨੇ ਫਿਲਮ ਬਣਾਈ ਆ, ਉਹ ਜਿੱਦਾਂ ਸੁੱਖੇ ਭਾਈ ਦੇ ਜਿੱਦਾਂ ਦੋ ਭਾਗ ਆਊਗੇ ਕਹਿੰਦੇ, ਅਤੇ ਦੂਜੇ ਭਾਗ 'ਚ ਕਹਿੰਦੇ ਦੂਜੇ ਭਾਗ ਸੁੱਖੇ ਕੱਲ੍ਹ ਹੁੰਦੀ ਫਿਲਮ ਦੇ ਵਿੱਚ ਮੌਤ ਨਹੀਂ ਹੋਈ? ਨਹੀਂ, ਇਹ 'ਚ ਮੌਤ ਨਹੀਂ ਹੋਈ ਹਾਲੇ। ਇਹ ਕਿੱਥੋਂ ਤੱਕ ਬਣੀ ਹੈ? ਇਹ ਮੇਰੇ ਹਿਸਾਬ ਨਾਲ ਲੁਧਿਆਣੇ ਜੇਲ੍ਹ 'ਚੋਂ ਜਦੋਂ ਭੱਜਦੇ ਹੈ ਨਾ, ਉੱਥੇ ਤੱਕ ਹੀ ਬਣੀ ਆ। ਉਦੋਂ ਤੱਕ ਵਿੱਕੀ ਗੌਂਡਰ ਦੇ ਨਾਲ ਇਹਨਾਂ ਦੀ ਬਣ ਰਹੀ ਸੀ? ਨਹੀਂ, ਉਦੋਂ ਹੈ ਨਹੀਂ ਸੀਗੀ। ਤਾਂ ਤੁਸੀਂ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਨਵੀਂ ਪੀੜ੍ਹੀ ਨੂੰ ਇਸ ਫਿਲਮ ਦੇਖਣ ਤੋਂ ਬਾਅਦ? ਇਸ ਜਿਹੜੀ ਨਵੀਂ ਪੀੜ੍ਹੀ ਇਹ ਫਿਲਮ ਦੇਖੂਗੀ, ਤੁਹਾਨੂੰ ਨਹੀਂ ਲੱਗਦਾ ਕਿ ਉਹ ਪ੍ਰਭਾਵਿਤ ਹੋਊ? ਉਹ ਨਵੀਂ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋ? ਭਾਈ ਇਹੀ ਕਹਿਣਾ ਚਾਹੁੰਦਾ ਵਾਂ, ਐਂਡ ਮਾਂ ਪਿਓ ਵੱਲ ਦੇਖੋ, ਆਪਣਾ ਘਰ ਵੇਖੋ, ਐਂਡ 'ਤੇ ਮਾਂ ਪਿਓ ਹੀ ਕੰਮ ਆਉਂਦੇ ਆ, ਠੀਕ ਆ, ਮਾਂ ਬਿਨਾਂ ਪੇ ਬਿਨਾਂ ਕੁਛ ਵੀ ਨਹੀਂ ਗਾ, ਠੀਕ ਆ, ਯਾਰੀ ਨਿਭਾਓ, ਹੈਰਕ ਨਾ ਨਿਭਾਓ, ਅਤੇ ਬਾਕੀ ਕਿਸੇ ਨਾਲ ਵਾਧਾ ਨਾ ਕਰੋ, ਅਤੇ ਕਿਸੇ ਦਾ ਮਾੜਾ ਨਾ ਸੋਚੋ, ਪੈਠ ਪਿੱਛੇ ਨਾ ਮਾੜਾ ਸੋਚੋ, ਭਲਾਈ ਸੋਚੋ ਹਰ ਇੱਕ ਦਾ, ਗੁਰੂ ਘਰ ਜਾਇਆ ਕਰੋ, ਪਾਠ ਕਰਿਆ ਕਰੋ, ਵਾਹਿਗੁਰੂ ਨੂੰ ਦੇਣਾ ਇੱਕ ਮਾਂ ਪਿਓ ਨੇ ਦੇਣਾ ਵਾ ਐਂਡ 'ਤੇ, ਅਤੇ ਇੱਕ ਵਾਹਿਗੁਰੂ ਨੇ ਦੇਣਾ ਵਾ ਭਾਈ, ਐਂਡ 'ਤੇ ਯਾਰ ਦੋਸਤ ਵੀ ਨਹੀਂ ਖੜਦਾ, ਠੀਕ ਆ ਨਾ। ਅਤੇ ਮੈਂ ਇਹੀ ਕਹਿੰਦਾ ਹਾਂ, ਆਪਣੇ ਮਾਂ ਪਿਓ ਆਪਣਾ ਕੰਮ ਕਾਰ ਵੇਖੋ, ਅਤੇ ਯਾਰੀ ਨਿਭਾਓ, ਓਨੀ ਕੁ ਰੱਖੋ ਜਿੰਨਾ ਕੋਈ ਕਰਦਾ ਵਾ, ਅਤੇ ਬਾਕੀ ਮੈਂ ਮੇਰੇ ਹਿਸਾਬ ਨਾਲ ਕੋਈ ਇਸ ਟਾਈਮ ਜਿੱਦਾਂ ਦਾ ਹੁਣ ਮਾਹੌਲ ਆਇਆ, ਜਿੱਦਾਂ ਦਾ ਹੁਣ ਆਇਆ, ਜਿੱਦਾਂ ਤੁਹਾਨੂੰ ਪਤਾ ਹੀ ਆ, ਅਤੇ ਅੱਜ ਕੱਲ੍ਹ ਤਾਂ ਕੋਈ ਨਹੀਂ ਕਿਸੇ ਦਾ ਸਕਾ ਭਾਅ ਜੀ। ਹਾਂ, ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ ਭਾਅ ਜੀ। ਓਕੇ, ਤਾਂ ਇਹ ਸਨ ਸਾਡੇ ਨਾਲ ਗੋਪੀ ਨਿੱਜਰ, ਜਿਹੜੇ ਕਿ ਸੁੱਖਾਂ ਕੱਲ੍ਹੋਂ ਦੇ ਕਾਫੀ ਕਰੀਬੀ ਦੋਸਤ ਰਹੇ ਨੇ, ਅਤੇ ਹੁਣ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ, ਅਤੇ ਉਹਨਾਂ ਨੇ ਇਸ ਫਿਲਮ ਦੇ ਬਾਰੇ ਜਾਣਕਾਰੀ ਦਿੱਤੀ, ਅਤੇ ਸੁੱਖਾਂ ਕੱਲ੍ਹੋਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ, ਉਹਨਾਂ ਦੀ ਦੁਸ਼ਮਣੀਆਂ ਦੋਸਤੀਆਂ ਦੇ ਬਾਰੇ ਵੀ ਕਈ ਅਹਿਮ ਖੁਲਾਸੇ ਵੀ ਕੀਤੇ ਨੇ ਗੋਪੀ ਦੇ ਵੱਲੋਂ, ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਜਿਹੜਾ ਹੈਗਾ ਜਦੋਂ ਗਵਾਹੀ ਦਿੱਤੀ ਗਈ ਸੀ ਤਾਂ ਉਹਨਾਂ ਨੂੰ ਕਿੰਨੇ ਪੈਸਿਆਂ ਦੀ ਔਫਰ ਦਿੱਤੀ ਗਈ ਸੀ, ਕਿਹੜੇ ਕਿਹੜੇ ਲੀਡਰਾਂ ਨੇ ਸੁੱਖੇ ਨੂੰ ਸਪੋਰਟ ਕਰਕੇ ਗੈਂਗਸਟਰ ਬਣਾਉਣ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਕੈਮਰਾਮੈਨ ਅਤੁਲ ਦੇ ਨਾਲ ਸੁਖਵਿੰਦਰ ਸਿੰਘ ਸਿੱਧੂ, D5 ਚੈਨਲ ਪੰਜਾਬੀ, ਜੈਰਾਮਪੁਰ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।